Ouais, plutôt. Ouais. Vahe Guru. Ouais, ouais. ਸਤਨਾਮ ਧੰਨ ਗੁਰੂ ਗਰੀਬ ਨਿਵਾਜ ਘੱਟ ਛੇੜੋ ਧੰਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਥੋੜੀ ਬੇਸ ਵੀ ਧੰਨ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਂ ਸ਼ਰਣ ਆਏ ਜੀਓ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਂ ਸ਼ਰਣ ਆਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਤੂੰ ਦਾਤਾ ਬਖਸ਼ਣ ਹਾਰ ਤੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਤੂੰ ਦਾਤਾ ਹਾਰ ਬਖਸ਼ ਗੁਨਾਹੀਆਂ ਨੂੰ ਦਾਤਾ ਬਖਸ਼ਣ 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 ਹਾਰ ਦਾਤਾ ਬਖਸ਼ਣ ਹਾਰ ਤੂੰ ਦਾਤਾ ਬਖਸ਼ਣ ਹਾਰ ਦਾਤਾ ਬਖਸ਼ਣ ਹਾਰ ਤੂੰ ਦਾਤਾ ਬਖਸ਼ਣ ਹਾਰ 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 ਦਾਤਾ ਬਖਸ਼ਣ ਹਾਰ
ਦਾਤਾ ਬਖਸ਼ਣ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਵਾਹਿਗੁਰੂ ਵਾਹਿਗੁਰੂ ਜੀ ਕਰੋ ਕਿਰਪਾ ਕਰੋ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਜੀ ਮਨੀਕਾਂ ਦੀ ਘਟਾਓ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਜਪਿਓ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਕਰੋ ਕਿਰਪਾ ਵਾਹਿਗੁਰੂ ਵਾਹਿਗੁਰੂ ਜੀ ਤੂੰ ਦਾਤਾ ਬਖਸ਼ਣ ਹਾਰ ਤੂੰ ਦਾਤਾ ਬਖਸ਼ਣ ਹਾਰ ਤੂੰ ਦਾਤਾ ਬਖਸ਼ਣ ਹਾਰ ਤੂੰ ਦਾਤਾ ਬਖਸ਼ਣ ਹਾਰ ਦਾਤਾ ਬਖਸ਼ਣ ਹਾਰ ਤੂੰ ਦਾਤਾ ਬਖਸ਼ਣ ਹਾਰ ਜਪਿਓ ਦਾਤਾ ਬਖਸ਼ਣ ਹਾਰ ਸਾਰੇ ਬੋਲਿਆ ਦਾਤਾ ਬਖਸ਼ਣ ਹਾਰ ਦਾਤਾ ਬਖਸ਼ਣ ਹਾਰ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਜੀ ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ 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 ਜੀ ਵਾਹਿਗੁਰੂ 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 ਧੰਨ ਵਾਹਿਗੁਰੂ ਜਪਿਓ ਵਾਹਿਗੁਰੂ ਵਾਹਿਗੁਰੂ ਦਾਤਾ ਬਖਸ਼ਣ ਤੂੰ 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 ਦਾਤਾ ਬਖਸ਼ਣ ਕਰੋ ਕਿਰਪਾ ਦਾਤਾ ਬਖਸ਼ਣ ਤੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਤੂੰ ਦਾਤਾ ਬਖਸ਼ਣ ਹਾਰ ਗੁਨਾਹੀਆਂ ਨੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਨਦਰ ਮਿਹਰ ਦੀ ਕਰਕੇ ਤੱਕੋ 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 ਗੁਨਾਹੀਆਂ ਨੂੰ
ਕਦਰ ਮਿਹਰ ਦੀ ਕਰਕੇ ਤੱਕੋ ਗੁਣਾਈਆਂ ਨੂੰ ਬਖਸ਼ਣ ਹਾਰ ਬਖਸ਼ ਗੁਣਾਈਆਂ ਨੂੰ ਦਾਤਾ 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 ਬਖਸ਼ਣ ਹਾਰ ਬਖਸ਼ ਗੁਣਾਈਆਂ ਨੂੰ ਰਸਤੇ ਪਾ ਦਿਓ ਭੁੱਲਿਆ ਰਾਈਆਂ ਨੂੰ ਹੁਣ ਤਾਰਸ ਤੇ ਪਾ ਦਿਓ ਭੁੱਲਿਆ ਰਾਈਆਂ ਨੂੰ ਹੁਣ ਤਾਰਸ ਤੇ ਪਾ ਦਿਓ ਭੁੱਲਿਆ ਰਾਈਆਂ ਨੂੰ ਹੁਣ ਤਾਰਸ ਤੇ ਪਾ ਦਿਓ ਭੁੱਲਿਆ ਰਾਈਆਂ ਨੂੰ ਬੋਲੋ ਜੀ ਹੁਣ ਤਾਰਸ ਤੇ ਪਾ ਦਿਓ ਭੁੱਲਿਆ ਰਾਈਆਂ ਨੂੰ ਭੈਣੋ ਹੁਣ ਤਾਰਸ ਤੇ ਭੁੱਲਿਆ ਰਸਤੇ ਪਾ ਦਿਓ ਭੁੱਲਿਆ ਰਾਈਆਂ ਨੂੰ ਹੁਣ ਤਾਰਸ ਤੇ 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 ਪਾ ਦਿਓ ਭੁੱਲਿਆ ਰਾਈਆਂ ਨੂੰ ਤੂੰ ਦਾਤਾ ਬਖਸ਼ਣ ਹਾਰ ਤੂੰ ਦਾਤਾ ਬਖਸ਼ਣ ਹਾਰ ਬਖਸ਼ਣ ਹਾਰ ਬਖਸ਼ਣ ਭਗ ਚੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮਾ ਹਾਂ ਪਰਵਾਨ ਗਣੀ ਸੇ ਇਹ ਆਏ ਸਫਲ ਤਿਨਾ ਕੇ ਕੰਮ ਮੇਰੇ ਰਾਮ ਹਰ ਜਨ ਕੇ ਹਉ ਬਲ ਜਾਈ ਕਰ ਚਬਰ ਟੁਲਾਵਾ ਚਰਨ ਧੂੜ ਮੁੱਕ ਲਾਈ ਮੈਨੂੰ ਧੂੜ ਬਣਾ ਦੇ ਰੱਬਾ ਮੇਰਿਆ ਆਪਣੇ ਪਿਆਰਿਆ ਧੂੜ ਬਣਾ ਦੇ ਰੱਬਾ ਮੇਰਿਆ ਆਪਣੇ ਪਿਆਰਿਆ ਮੈਨੂੰ ਧੂੜ ਬਣਾ ਦੇ ਰੱਬਾ ਮੇਰਿਆ ਆਪਣੇ ਪਿਆਰਿਆਂ ਮੈਨੂੰ ਧੂੜ ਬਣਾ ਦੇ ਰੱਬਾ ਮੇਰਿਆ ਆਪਣੇ ਪਿਆਰਿਆਂ ਮੈਨੂੰ ਧੂੜ ਬਣਾ ਦੇ ਰੱਬਾ ਮੇਰਿਆ ਆਪਣੇ ਪਿਆਰਿਆਂ ਦੇ ਮੈਨੂੰ ਧੂੜ ਬਣਾ ਦੇ ਰੱਬਾ ਮੇਰਿਆ ਆਪਣੇ ਪਿਆਰਿਆਂ ਦੇ ਧੂੜ ਬਣਾ ਦੇ ਰੱਬਾ ਮੇਰਿਆ ਬਣਾ ਦੇ ਰੱਬਾ ਮੇਰਿਆ ਆਪਣੇ ਪਿਆਰਿਆਂ ਧੂੜ ਬਣਾ ਦੇ ਰੱਬਾ ਮੇਰਿਆ ਬਣਾ ਦੇ
ਰੱਬਾ ਮੇਰਿਆ ਆਪਣੇ ਪਿਆਰਿਆਂ ਦੀ ਮੈਨੂੰ ਤੋੜ ਬਣਾ ਦੇ ਰੱਬਾ ਮੇਰਿਆ ਆਪਣੇ ਪਿਆਰਿਆਂ ਦੀ ਤੋੜ ਬਣਾ ਦੇ ਮੇਰਿਆ ਆਪਣੇ ਮੈਨੂੰ ਧੂੜ ਆਪਣੇ ਪਿਆਰਿਆਂ ਦੇ ਉਹ ਧੂੜ ਬਣਾ ਦੇ ਰੱਬਾ ਮੈਨੂੰ ਧੂੜ ਧੂੜ ਬਣਾ ਦੇ ਰੱਬਾ ਮੇਰਿਆ ਮੈਨੂੰ ਤੋੜ ਬਣਾ ਦੇ ਰੱਬਾ ਮੇਰਿਆ ਆਪਣੇ ਪਿਆਰਿਆਂ ਦੇ ਮੈਨੂੰ ਤੋੜ ਬਣਾ ਦੇ ਰੱਬਾ ਮੇਰਿਆ ਆਪਣੇ ਪਿਆਰਿਆਂ ਦੇ ਮੈਨੂੰ ਤੋੜ ਬਣਾ ਦੇ ਰੱਬਾ ਮੇਰਿਆ ਆਪਣੇ ਪਿਆਰਿਆਂ ਦੀ ਬੋਲੋ ਜੀ ਮੈਨੂੰ ਤੋੜ ਬਣਾ ਦੇ ਰੱਬਾ ਮੇਰਿਆ ਆਪਣੇ ਪਿਆਰਿਆਂ ਦੇ ਆਪਣਿਆਂ ਦੀ ਪਿਆਰਿਆਂ ਆਪਣਿਆਂ ਦੀ ਪਿਆਰਿਆਂ ਆਪਣਿਆਂ ਦੀ ਪਿਆਰਿਆਂ ਦੀ ਆਪਣਿਆਂ ਦੀ ਪਿਆਰਿਆਂ ਦੀ ਆਪਣਿਆਂ ਦੀ ਪਿਆਰਿਆਂ ਦੀ ਆਪਣਿਆਂ ਦੀ ਪਿਆਰਿਆਂ ਦੇ ਧੂੜ ਬਣਾ ਦੇ ਹਾਂ ਧੂੜ ਬਣਾ ਦੇ ਰੱਬਾ ਮੇਰਿਆ ਆਪਣੇ ਪਿਆਰਿਆਂ ਦੇ ਧੂੜ ਬਣਾ ਦੇ ਰੱਬਾ ਮੇਰਿਆ ਆਪਣੇ ਪਿਆਰਿਆਂ ਦੀ ਮੈਨੂੰ ਧੂੜ ਆਪਣੇ ਪਿਆਰਿਆਂ ਦੇ ਮੈਨੂੰ ਤੋੜ ਬਣਾ ਦੇ ਰੱਬਾ ਮੇਰਿਆ ਪਿਆਰਿਆਂ ਦੇ ਅੰਤਰ ਜਾਮੀ ਪੁਰਖ ਬਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮਨ ਕੋ ਕਰ ਸੰਤਨ ਕੀ ਤੋਰੇ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸ਼ਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਕਹਿਣਾ ਹਮ ਸੰਤਨ ਸਿਉ ਬਣ ਆਈ ਪੂਰਵ ਲਿਖਿਆ ਪਾਈ ਥੋੜੀ ਮਨੀਟਰਾਂ ਦੀ ਵੇਸ ਘਟਾਓ ਹਮ ਸੰਤਨ ਸਿਉ ਬਣ ਆਈ ਪੂਰਵ ਲਿਖਿਆ ਪਾਈ ਇਹੋ ਮਨ ਤੇਰਾ ਪਾਈ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰਾ ਸੰਤਨ ਸਿਉ ਹਮ ਲਾਹਾ ਖਟਿਆ ਹਰ ਭਗਤ ਭਰੇ ਭੰਡਾਰਾ ਸੰਤਨ ਮੁਖੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾ ਮਾਲਕ ਜੀ ਦੇ ਚਰਨਾਂ ਵਿੱਚ ਦੂਰੋਂ ਨੇੜਿਓਂ ਚੱਲ ਕੇ ਸਾਹਮਣੇ ਬਹਿਣ ਦੀਆਂ ਘੜੀਆਂ ਮਿਲੀਆਂ ਨੇ
ਧੰਨ ਧੰਨ ਬਾਬਾ ਗੱਜਣ ਸ਼ਾਹ ਜੀ ਉਹਨਾਂ ਦਾ ਸਲਾਨਾ ਜੋੜ ਮੇਲਾ ਕਹਿ ਲਓ, ਸਲਾਨਾ ਬਰਸੀ ਕਹਿ ਲਓ। ਆਪਾਂ ਮਾਲਕ ਜੀ ਦੇ ਚਰਨਾਂ ਵਿੱਚ ਬੈਠੇ ਹਾਂ। ਆ ਜਿਹੜੀਆਂ ਘੜੀਆਂ ਮਿਲੀਆਂ ਨੇ ਇਹ ਬੈਰਾਗ ਦੀਆਂ ਘੜੀਆਂ ਨੇ। ਆਖੋ ਸਾਧਨਾ, ਇਹ ਬੈਰਾਗ ਦੀਆਂ ਘੜੀਆਂ। ਕਹਿਣ ਨੂੰ ਭਾਵੇਂ ਲੋਕੀ ਕਹਿੰਦੇ ਨੇ ਅਸੀਂ ਮੇਲਾ ਵੇਖਣ ਚੱਲੇ ਹਾਂ, ਪਰ ਮੇਲਾ ਤਾਂ ਹੁੰਦਾ ਜੇ ਮੇਲਾ ਹੋਵੇ। ਜੇ ਮੇਲਾ ਮੇਲਾ ਕਰਦੇ ਰਹੇ, ਮੇਲਾ ਹੋਇਆ ਹੀ ਨਹੀਂ, ਫੇਰ ਸਾਡਾ ਆਉਣਾ ਬਹਿਣਾ ਲੇਖੇ ਵਿੱਚ ਨਹੀਂ ਪੈਂਦਾ। ਜਿਨ੍ਹਾਂ ਦਾ ਮੇਲਾ ਨਹੀਂ ਹੁੰਦਾ ਉਹਨਾਂ ਦੀਆਂ ਗੇੜੀਆਂ ਨੇ ਭਾਵੇਂ ਪੰਜ ਲਾ ਜਿਓ ਭਾਵੇਂ ਵੀਹ ਲਾ ਜਿਓ ਭਾਈ। ਕਹਿਣ ਤੋਂ ਭਾਵ ਸਾਡਾ ਮੇਲੇ ਵਾਲਾ ਕਰਮ ਜਾਗੇ। ਅਸੀਂ ਜਦੋਂ ਬਾਬਾ ਜੀ ਦੇ ਪ੍ਰੇਮ ਵਿੱਚ ਬੈਠੀਏ ਅਸੀਂ ਭੁੱਲ ਜਾਈਏ ਵੀ ਕਿਹੜੇ ਪਿੰਡ ਬੈਠੇ ਹਾਂ ਅਸੀਂ। ਬਸ ਇੰਨਾ ਮਨ ਵਿੱਚ ਖਿਆਲ ਆਵੇ ਅਸੀਂ ਉਸ ਮਾਲਕ ਦੇ ਸਾਹਮਣੇ ਬੈਠੇ ਹਾਂ ਜਿਨ੍ਹਾਂ ਵਰਗਾ ਦੂਜਾ ਹੈ ਹੀ ਕੋਈ ਨਹੀਂ। ਤਨ ਕਰਕੇ ਆਇਓ, ਮਨ ਕਰਕੇ ਹਾਜ਼ਰੀਆਂ ਲਾਓ, ਦੋਵੇਂ ਹੱਥ ਜੋੜ ਕੇ ਮਨ ਹਾਜ਼ਰ ਕਰਕੇ ਸੀਸ ਨਵਾ ਕੇ ਇੱਕੋ ਵਾਰੀ ਕਹਿਣ ਤੇ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਮਾਲਕ ਜੀ ਦੇ ਚਰਨਾਂ ਵਿੱਚ ਜਦੋਂ ਵੀ ਆਉਂਦੇ ਹਾਂ ਆਪਾਂ ਮੇਲੇ ਦੀ ਅਰਦਾਸ ਕਰਨ ਆਉਂਦੇ ਹਾਂ। ਮੇਲ ਲਿਹੋ ਦਇਆਲ ਢਹਿ ਪਏ ਦੁਆਰਿਆਂ, ਇੱਕ ਇਹ ਅਰਦਾਸ ਹੈ। ਮਹਾਰਾਜ ਕਿਰਪਾ ਕਰਿਓ ਸਾਡਾ ਮੇਲਾ ਹੋਵੇ। ਮੇਲ ਲਿਹੋ ਦਇਆਲ ਢਹਿ ਪਏ ਦੁਆਰਿਆਂ, ਰੱਖ ਲੇਵੋ ਦੀਨ ਦਇਆਲ ਪਰਮਤ ਬੋਹਾਰੇ। ਜਾਂ ਫਿਰ ਕਹਿੰਦੇ ਆ ਮਹਾਰਾਜ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਅੱਠੇ ਪੈਰ ਤੇਰਾ ਨਾਮ ਜਿਤਾਵੇ। ਬੜੇ ਯਾਰ ਵੇਲੀ ਏਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਮਿਲ ਕੇ ਸਿਨਮਾ ਹੀ ਯਾਦ ਆਉਂਦਾ ਹੁੰਦਾ। ਬੜੇ ਯਾਰ ਵੇਲੀ ਏਦਾਂ ਦੇ ਨੇ ਜਿਨ੍ਹਾਂ ਨੂੰ ਯਾਦ ਕਰਕੇ ਮਿਲ ਕੇ ਗਰਾਊਂਡ ਯਾਦ ਆ ਜਾਂਦਾ। ਬੜੇ ਯਾਰ ਵੇਲੀ ਏਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਮਿਲ ਕੇ ਠੇਕਾ ਹੀ ਯਾਦ ਆਉਂਦਾ। ਪਰ ਭਾਗਾਂ ਵਾਲੇ ਉਹ ਨੇ ਯਾਰ ਵੇਲੀ ਜਿਨ੍ਹਾਂ ਨੂੰ ਮਿਲ ਕੇ ਰੱਬ ਦਾ ਚੇਤਾ ਆਵੇ। ਜੇ ਧੰਨ ਧੰਨ ਬਾਬਾ ਗੱਜਣ ਸ਼ਾਹ ਜੀ ਮਹਾਰਾਜ ਉਹਨਾਂ ਦੀ ਯਾਦ ਵਿੱਚ ਬੈਠੇ ਹੋ, ਜੇ ਉਹਨਾਂ ਨੇ ਨਾਮ ਜਪਿਆ ਅੱਜ ਉਹਨਾਂ ਦੀਆਂ ਯਾਦਾਂ ਵੀ ਨਾਮ ਜਪਾ ਰਹੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਣੀ ਵਿੱਚ ਇੱਕ ਵਚਨ ਆਇਆ ਧੰਨ 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 ਜਨ ਆਇਆ, ਤਿੰਨ ਵਾਰੀ ਧੰਨ 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 ਲਿਖਿਆ ਮਹਾਰਾਜ। ਵਿਦਵਾਨ ਇਹਦਾ ਅਰਥ ਕਰਦੇ ਨੇ ਕਹਿੰਦੇ ਰੱਬ ਦੇ ਪਿਆਰਿਆਂ ਦਾ ਆਉਣਾ ਵੀ ਧੰਨ, ਦੁਨੀਆਂ ਵਿੱਚ ਰਹਿਣਾ ਵੀ ਧੰਨ, ਸਰੀਰ ਕਰਕੇ ਜਾਣਾ ਵੀ ਧੰਨ। ਜੇ ਮਾਲਕ ਜੀ ਦੇ ਚਰਨਾਂ ਵਿੱਚ ਆਏ ਹੋ ਬੜਾ ਤੁਹਾਡਾ ਪਿਆਰ ਆ, ਬੜੀਆਂ ਤੁਹਾਡੀਆਂ ਸੀਸਾਂ ਨੇ, ਪੜਿਓ ਫਿਰ ਪਿਆਰ ਨਾਲ। ਮੈਂ ਜਿੱਥੇ ਵੀ ਜਾਂਦਾ ਮੈਨੂੰ ਪਹਿਲਾਂ ਕਹਿਣਗੇ ਬਾਬਾ ਜੀ ਸ਼ੁਰੂ ਇੱਥੋਂ ਕਰਿਆ ਕਰੋ, ਬਸ ਇਹ ਤੁਹਾਡੀਆਂ ਸੀਸਾਂ ਨੇ, ਤੁਹਾਡਾ ਪਿਆਰ ਆ, ਦੁਨੀਆਂ ਦਾ ਕੋਈ ਕੋਨਾ ਨਹੀਂ ਬਚਿਆ ਜਿੱਥੇ ਅਸੀਂ ਹਾਜ਼ਰੀ ਨਾ ਭਰੀ ਹੋ। ਜੀ ਮੁਖ ਦੁਨੀਆ ਮੋੜ ਲਵੇ ਐ ਮਾਲਕਾ, ਜੱਗ ਦੀ ਪਰਵਾਹ ਨਹੀਂ, ਮੈਨੂੰ ਤੇਰੀ ਕਿਰਪਾ ਮਿਲੇ, ਮੈਨੂੰ ਤੇਰੇ ਦਰਸ਼ਨ ਹੋਣ। ਜਿਹੜੇ ਮਾਲਕ ਦੇ ਪ੍ਰੇਮ ਦੇ ਰਾਹ ਤੇ ਤੁਰ ਪਏ ਉਹ ਤੇ ਅੰਦਰੋਂ ਬਾਕੀ ਨੇ, ਮਨ ਕਰਕੇ ਬਾਕੀ। ਇੱਕ ਮੈਨੂੰ ਮਾਫ ਕਰਿਓ, ਅਸੀਂ ਤਨ ਕਰਕੇ ਬਾਕੀ ਹੋ ਜਾਂਦੇ ਹਾਂ। ਸਾਡੇ ਮੁੰਡੇ
ਧੀਆਂ ਪੁੱਤਰ ਤਨ ਕਰਕੇ ਬਾਕੀ ਹੁਣ ਹੁੰਦੇ ਨੇ ਕੀ ਕਹਿੰਦੇ ਨੇ ਮੁੰਡਾ ਕਹਿੰਦਾ ਬਾਪੂ ਮੋਟਰਸਾਈਕਲ ਲੈ ਕੇ ਦੇ ਇਹ ਤਨ ਕਰਨਗੇ ਬਾਕੀ ਹੁਣ ਮੈਨੂੰ ਮੋਟਰਸਾਈਕਲ ਲੈ ਕੇ ਦੇ ਜੇ ਨਹੀਂ ਲੈ ਕੇ ਦਿੱਤਾ ਮੈਂ ਘਰੇ ਨਹੀਂ ਆਉਣਾ ਆਂਢੀ ਗੁਆਂਢੀ ਪਤਾ ਕੀ ਕਹਿੰਦੇ ਨੇ ਫਿਰ ਓਏ ਸਰਦਾਰਾ ਲੈ ਦੇ ਬਾਅਦ ਵਿੱਚ ਵੀ ਇਹ ਨਹੀਂ ਸਾਂਭਣਾ ਸਦਨਾ ਆਂਢੀ ਗੁਆਂਢੀ ਮੁੰਡੇ ਦੇ ਹੱਕ ਵਿੱਚ ਭੁਗਤ ਜਾਂਦੇ ਮੈਨੂੰ ਮਾਫ਼ ਮਾਫ਼ ਇਹ ਤਨ ਕਰਕੇ ਬਾਕੀ ਹੋਣਾ ਹੁੰਦਾ ਮੈਨੂੰ ਆਹ ਮਹਿੰਗਾ ਮੋਬਾਈਲ ਲੈ ਕੇ ਦਿਓ ਨਹੀਂ ਮੈਂ ਘਰੇ ਨਹੀਂ ਆਉਣਾ ਜਾਂ ਫਿਰ ਬੜੇ ਕਹਿਣਗੇ ਪੁਰਾਣੀ ਪੁਰਾਣੀ ਜਗ੍ਹਾ ਮੇਰੀ ਮੈਰਿਜ ਕਰਾਓ ਉੱਥੇ ਮੇਰਾ ਵਿਆਹ ਕਰਾਓ ਤਾਂ ਮੈਂ ਘਰੇ ਆਉਣਾ ਨਹੀਂ ਮੈਂ ਘਰੇ ਨਹੀਂ ਆਉਣਾ ਨਹੀਂ ਕੁਝ ਖਾ ਕੇ ਮਰ ਜੂ ਇਹ ਤਨ ਕਰਕੇ ਬਾਕੀ ਹੋਣਾ ਪਰ ਜਿਹੜੇ ਮਾਲਕ ਨਾਲ ਪ੍ਰੇਮ ਪਾਉਂਦੇ ਨੇ ਉਹ ਤਨ ਕਰਕੇ ਬਾਕੀ ਨਹੀਂ ਹੁੰਦੇ ਉਹਨਾਂ ਦੀਆਂ ਡਿਮਾਂਡਾਂ ਖਤਮ ਉਹਨਾਂ ਦੀਆਂ ਮੰਗਾਂ ਖਤਮ ਉਹਨਾਂ ਦੀ ਕੋਈ ਮੰਗ ਮਾਲਕਾ ਮੇਰੀ ਭਾਵੇਂ ਜਾਨ ਜਾਵੇ ਮੇਰਾ ਪ੍ਰੇਮ ਨਿਭਜੇ ਬਸ ਪ੍ਰੇਮ ਆਂਢੀ ਗੁਆਂਢੀ ਭਾਵੇਂ ਬੁਲਾਉਣ ਤੇ ਭਾਵੇਂ ਨਾ ਬੁਲਾਉਣ ਸਾਕ ਕਬੀਲੇ ਵਾਲੇ ਭਾਵੇਂ ਵਰਤਾਰਾ ਰੱਖਣ ਤੇ ਭਾਵੇਂ ਨਾ ਰੱਖਣ ਬਸ ਇੱਕੋ ਹੀ ਮੰਗ ਮੈਨੂੰ ਤੇਰਾ ਮੇਲਾ ਹੁੰਦਾ ਰਵੇ ਮੈਨੂੰ ਤੇਰੇ ਦਰਸ਼ਨ ਹੋਣ ਪ੍ਰੇਮ ਵਾਲੇ ਇਹੀ ਅਰਦਾਸਾਂ ਕਰਦੇ ਨੇ ਪੜਿਓ ਬਿਸਰ ਨਾਹੀ ਦਾ ਤਾਰ ਆਪਣਾ ਨਾਮ ਦੇ ਨਾਮ ਲਿਖੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਐ ਮਾਲਕ ਜੀ ਮੈਨੂੰ ਤੇਰੀ ਕਿਰਪਾ ਮਿਲੇ ਮੈਨੂੰ ਤੇਰੇ ਦਰਸ਼ਨ ਹੋਣ ਜਿਨ੍ਹਾਂ ਦੇ ਪਾਵਨ ਸਥਾਨਾਂ ਤੇ ਬੈਠੇ ਹੋ ਨਾ ਉਹਨਾਂ ਨੇ 12 ਸਾਲ ਘਾਲਣਾ ਘਾਲੀਆ ਇਸ ਸਥਾਨ ਤੇ ਇੰਨਿਆਂ ਨੂੰ ਨਿਹਾਲ ਕੀਤਾ ਇੰਨਿਆਂ ਨੂੰ ਤਾਰਿਆ ਜਿਹੜਾ ਗਿਣਿਆ ਨਹੀਂ ਜਾਂਦਾ ਮੈਂ ਇਹ ਕਹਿਣਾ ਚਾਹੁੰਦਾ ਇਹ ਧਰਤੀ ਦਾ ਕਰਮ ਹੁੰਦਾ ਵੇਖੋ ਬਾਬਾ ਗੱਜਣ ਸ਼ਾਹ ਜੀ ਦਾ ਜਿਹੜਾ ਜਨਮ ਆ ਦਿੱਲੀ ਵਿਖੇ ਲਿਖਿਆ ਇਤਿਹਾਸ ਵਿੱਚ ਕਿੱਥੇ ਦਿੱਲੀ ਕਿੱਥੇ ਆ ਫਲਾਉਣ ਨਗਰ ਇਹ ਜਗ੍ਹਾ ਨੂੰ ਭਾਗ ਲਾਉਣੇ ਸੀ ਮਹਾਂਪੁਰਸ਼ਾਂ ਦੇ ਸਾਧੂ ਦੇ ਚਰਨ ਪੈ ਜਾਣ ਉੱਥੇ ਤੇ ਜੈ ਜੈਕਾਰਾਂ ਨੇ ਜੈ ਜੈਕਾਰਾਂ ਸਾਧ ਪਠਾਏ ਆਪ ਹਰ ਇਹ ਮੈਂ ਨਹੀਂ ਕਹਿੰਦਾ ਬਹੁਤਿਆਂ ਦੇ ਸ਼ੰਕੇ ਹੁੰਦੇ ਨੇ ਨਹੀਂ ਭਾਈ ਇਹ ਬਾਣੀ ਦਾ ਫੈਸਲਾ ਹੈ ਮਹਾਰਾਜ ਕਹਿੰਦੇ ਨੇ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਮਹਾਰਾਜ ਕਹਿੰਦੇ ਜਾ ਪੁਰਖਾ ਦੁਨੀਆਂ ਤੇ ਜਨਮ ਲੈ ਲਾ ਮਹਾਰਾਜ ਕਹਿੰਦੇ ਮੈਂ ਤੇਥੋਂ ਦੂਰ ਨਹੀਂ ਹੁੰਦਾ ਮੈਂ ਤੇਰੇ ਅੰਗ ਸੰਗ ਰਹਿਣਾ ਆਖੋ ਸਭਨਾ ਵਾਹਿ ਗੁਰੂ ਹਮ ਤੁਮ ਤੇ ਨਾਹੀ ਦੂਰ ਨਾਨਕ ਭਰਮ ਭਉ ਮਿਟ ਗਏ ਰਮਣ ਰਾਮ ਪ੍ਰਭੂ ਉਹ ਵੇਲਾ ਫਿਰ ਪ੍ਰੇਮ ਵਾਲਿਆਂ ਦਾ ਜੇ ਸਾਧੂਆਂ ਦੇ ਬੈਰਾਗ ਵਿੱਚ ਬੈਠੇ ਹੋ ਸਾਧੂਆਂ ਦੇ ਪ੍ਰੇਮ ਵਿੱਚ ਬੈਠੇ ਹੋ ਗੱਜ ਕੇ ਧਾਰਨਾ ਫੜਿਓ ਹਾਜ਼ਰੀ ਲੱਗ ਜਾਂਦੀ ਹੈ ਸਾਡੀ ਸਾਰਿਆਂ ਦੀ ਜੀ ਮੁਖ ਦੁਨੀਆ ਮੋੜ ਲਵੇ ਇੱਕ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਦੁਨੀਆ ਤੋੜ ਲਵੇ ਸਾਈਆਂ ਤੋਂ ਮੁਕੜਾ ਨਾ
ਤੂੰ ਮੁਕੜਾ ਨਾ ਮੋੜੀ ਮੁੱਖ ਦੁਨੀਆ ਮੋੜ ਲਵੇ ਆਈਆਂ ਤੂੰ ਮੁਕੜਾ ਨਾ ਮੋੜੀ ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਕੜਾ ਨਾ ਮੋੜੀ ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਕੜਾ ਨਾ ਮੋੜੀ ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਕੜਾ ਨਾ ਮੋੜੀ ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਕੜਾ ਨਾ ਮੋੜੀ ਤੂੰ ਮੁਕੜਾ ਨਾ ਮੋੜੀ ਸਾਈਆਂ ਮੁਕੜਾ ਨਾ ਮੋੜੀ ਤੂੰ ਮੁਕੜਾ ਨਾ ਮੋੜੀ ਤੂੰ ਮੁਕੜਾ ਨਾ ਮੋੜੀ ਤੂੰ ਮੁਕੜਾ ਨਾ ਮੋੜੀ ਸਾਡੀ ਲੱਗੀ ਭਰੀ ਲੱਗੀ ਭਰੀ ਸਾਡੀ ਲੱਗੀ ਭਰੀ ਤੀਨੋ ਲੱਗੀ ਭਰੀ ਤੀਨੋ ਸਾਡੀ ਲੱਗੀ ਭਰੀ ਤੀਨੋ ਲੱਗੀ ਭਰੀ ਤੀਨੋ ਸਾਡੀ ਲੱਗੀ ਭਰੀ ਲੱਗੀ ਭਰੀ ਸਾਡੀ ਲੱਗੀ ਭਰੀ ਤੀਨੋ ਲੱਗੀ ਭਰੀ ਤੀਨੋ ਸਾਡੀ ਲੱਗੀ ਭਰੀ ਤੀਨੋ ਲੱਗੀ ਭਰੀ ਭਰੀ ਤੀਨੂੰ ਸਾਡੀ ਲੱਗੀ ਭਰੀ ਤੀਨੂੰ ਸਾਈਆਂ ਤੂੰ ਐਵੇਂ ਨਾ ਤੋੜੀ ਸਾਡੀ ਲੱਗੀ ਭਰੀ ਤੀਨੂੰ ਸਾਈਆਂ ਤੂੰ ਐਵੇਂ ਨਾ ਤੋੜੀ ਸਾਡੀ ਲੱਗੀ ਭਰੀ ਤੀਨੂੰ ਸਾਈਆਂ ਤੂੰ ਐਵੇਂ ਨਾ ਤੋੜੀ ਸਾਡੀ ਲੱਗੀ ਭਰੀ ਤੀਨੂੰ ਸਾਈਆਂ ਤੂੰ ਐਵੇਂ ਨਾ ਤੋੜੀ ਸਾਡੀ ਲੱਗੀ ਭਰੀ ਤੀਨੂੰ ਸਾਈਂ ਤੂੰ ਐਵੇਂ ਸਾਡੀ ਲੱਗੀ ਭਰੀ ਤੀਨੂੰ ਸਾਈਂ ਤੂੰ ਐਵੇਂ ਨਾ ਤੋੜੀ ਮੁੱਖ ਦੁਨੀਆ ਮੋੜ ਲਵੇ ਸਾਈਂ ਦੁਨੀਆ ਮੋੜ ਲਵੇ ਮੁੱਖ 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 ਦੁਨੀਆ ਦੁਨੀਆ ਮੋੜ ਲਵੇ ਮੁੱਖ ਦੁਨੀਆ ਮੋੜ ਲਵੇ ਦੁਨੀਆ ਮੋੜ ਲਵੇ ਮੁੱਖ ਦੁਨੀਆ ਮੋੜ ਲਵੇ ਦੁਨੀਆ ਮੋੜ ਲਵੇ ਦੁਨੀਆ ਮੋੜ ਲਵੇ ਇੱਕ ਤੂੰ ਮੁਕੜਾ ਨਾ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਕੜਾ ਨਾ ਮੋੜੀ ਮੋੜੀ ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਕੜਾ ਨਾ ਮੋੜੀ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਕੜਾ ਨਾ ਮੋੜੀ ਮੁੱਖ ਦੁਨੀਆ ਸਾਈਆਂ ਤੂੰ ਮੁਕੜਾ ਮੁੱਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਕੜਾ ਨਾ ਮੋੜੀ ਓਹ
ਜਿਹੜੇ ਕਹਿਣ ਮਾਲਕਾ ਮੈਂ ਕਿਰਪਾ ਮੰਗਣ ਆਇਆ। ਦੁਨੀਆਂ ਦੇ ਬੜੇ ਲੋਕੀ ਨੇ ਜਿਹੜੇ ਦਾਤਾ ਮੰਗਣ ਆ ਜਾਂਦੇ ਨੇ। ਹੁਣ ਮਨਾਂ ਅੰਦਰ ਝਾਤੀ ਮਾਰਿਓ, ਬੜੇ ਲੋਕੀ ਉਹਨੇ ਦਾਤਾ ਮੰਗਣ ਤੇ ਆ ਗਏ। ਮੈਂ ਇਹ ਵੀ ਬੇਨਤੀ ਕਰਾਂ, ਉਹ ਪੂਰਿਆਂ ਦੇ ਦਰ ਤੇ ਮੰਗਿਆ ਕਰੋ ਜੇ ਮੰਗਣਾ ਹੁੰਦਾ। ਅਧੂਰਿਆਂ ਦੇ ਦਰ ਤੇ ਮੰਗਦਿਆਂ ਬੜੇ ਖਾਲੀ ਰਹਿ ਜਾਂਦੇ ਨੇ। ਜੇ ਮੰਗਣਾ ਪੂਰਿਆਂ ਦੇ ਦਰ ਤੇ ਮੰਗਿਆ ਕਰੋ। ਪਰ ਨਾਲ ਇਹ ਵੀ ਕਹਿਣਾ, ਪੂਰਿਆਂ ਦੇ ਦਰ ਤੋਂ ਦਾਤਾਂ ਲੈ ਕੇ ਭੁੱਲਿਆ ਨਾ ਕਰ ਰੱਖੋ ਸਤਨਾ। ਬੜੇ ਲੋਕੀ ਨੇ, ਬਾਬਾ ਜੀ ਸਾਡਾ ਮੁੰਡਾ ਕਨੇਡਾ ਚਲਿਆ ਜਾਵੇ, ਸਹਿਜ ਪਾਠ ਕਰਾਵਾਂਗੇ, ਮੁੜ ਕੇ ਆਈ ਨਹੀਂ। ਪੂਰਿਆਂ ਦੇ ਦਰ ਤੋਂ ਦਾਤਾਂ ਲੈ ਕੇ ਭੁੱਲਿਆ ਨਾ ਕਰ ਭਾਵ ਕਹਿਣ। ਬੜੇ ਲੋਕੀ ਸ਼ੁਕਰੇ ਨੇ, ਬੜੇ ਬੇਈਮਾਨੀਆਂ ਕਰ ਜਾਂਦੇ ਨੇ। ਦਾਤਾਂ ਮੰਗਣ ਸਵੇਰੇ ਗੁਰੂ ਘਰ ਆਉਂਦੇ ਨੇ, ਸ਼ਾਮਾਂ ਨੂੰ ਪੱਬਾਂ ਕਲੱਬਾਂ ਵਿੱਚ ਕਹਿੰਦੇ ਕੀ ਹੋ ਗਿਆ, ਕਹਿੰਦੇ ਪਾਰਟੀ ਕਰਨਾ ਆ। ਸਵੇਰੇ ਦਾਤਾਂ ਮੰਗੀਆਂ ਕਿਤੋਂ, ਸ਼ਾਮ ਨੂੰ ਕਿਤੇ। ਕਦੀ ਏਦਾਂ ਹੁੰਦਾ, ਦਵਾਈ ਤੁਸੀਂ ਲੁਧਿਆਣਿਓ ਲਈ ਹੋਵੇ ਤੇ ਫੀਸਾਂ ਜਾ ਕੇ ਚੰਡੀਗੜ੍ਹ ਭਰਦੇ ਫਿਰਦੇ ਹੋਵੋ, ਹੁੰਦਾ ਕਦੇ? ਨਹੀਂ। ਜਿਹੜੇ ਡਾਕਟਰ ਤੋਂ ਦਵਾਈ ਲੈਂਦੇ ਹੋ, ਪਰਚੀ ਕਟਾਉਂਦੇ ਹੋ, ਉਹਦੀ ਫੀਸ ਉੱਥੇ ਜਮ੍ਹਾਂ ਕਰਾਉਣੀ ਪੈਂਦੀ ਹੈ। ਇਹ ਕਹਿਣਾ ਚਾਹੁੰਦਾ, ਜੇ ਮਾਲਕ ਦੇ ਦਰ ਤੋਂ ਦਾਤਾਂ ਮੰਗਣ ਆਉਂਦੇ ਹੋ, ਸ਼ੁਕਰਾਨਾ ਕਰਨਾ ਨਾ ਭੁੱਲਿਆ ਕਰੋ। ਬਹੁਤ ਵੱਡੇ ਭਾਗਾਂ ਵਾਲਾ ਉਹ ਹੁੰਦਾ ਜਿਹੜਾ ਸ਼ੁਕਰਾਨਾ ਕਰੇ, ਜਿਹੜਾ ਕਹਿੰਦਾ ਮਾਲਕਾ ਮੈਂ ਤੇਰਾ ਬਣ ਗਿਆ, ਮੈਨੂੰ ਆਪਣਾ ਬਣਾ ਕੇ ਰੱਖਿਓ ਮਹਾਰਾਜ, ਕਰ ਕਿਰਪਾ ਕਿਰਪਾ, ਆਪੇ ਬਖਸ਼ ਲੈ। ਉਹ ਵੇਲਾ ਯਾਦ ਕਰਿਓ ਜਦੋਂ ਬਾਬਾ ਜੀ, ਬਾਬਾ ਗੱਜਣ ਸ਼ਾਹ ਜੀ ਦਾ ਜਨਮ ਜਿਹੜਾ 1734 ਈਸਵੀ ਲਿਖਿਆ, ਆ ਸੁਣਿਓ, ਦਿੱਲੀ ਵਿੱਚ ਹੋਇਆ। ਪਿਤਾ ਵਸਾਵਾ ਸਿੰਘ ਦੇ ਘਰ, ਧੰਨ ਮੇਰੇ ਕਲਗੀਧਰ ਪਿਤਾ ਦੇ ਬਚਨਾਂ ਤੇ ਜਨਮ ਹੋਇਆ ਬਾਬਾ ਜੀ। ਵਾਹ ਪ੍ਰਗਟਿਓ ਮਰਦ ਗੰਮੜਾ, ਪਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੇ। ਧੰਨ ਮੇਰੇ ਕਲਗੀਧਰ ਪਿਤਾ ਦੇ ਬਚਨਾਂ ਤੇ ਜਨਮ ਹੁੰਦਾ। ਫਿਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਜੇ ਦੁਨੀਆਂ ਤੇ ਆਉਂਦੇ ਨੇ ਤਾਰਨ ਲਈ ਆਉਂਦੇ ਨੇ। ਤਾਰਿਆ ਜਹਾਨ ਲਹਿਆ ਅਭਮਾਨ, ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧਨੋ ਧਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਜਿਨ੍ਹਾਂ ਨੇ ਮਾਲਕ ਜੀ ਦਾ ਆਉਣਾ ਧਨ ਕਹਿ ਲਿਆ, ਬਸ ਇਹ ਕਹਿਣਾ ਚਾਹੁੰਦਾ। ਜਿਹੜਾ ਬੰਦਾ ਕਦੇ ਵਾਹਿਗੁਰੂ ਨਹੀਂ ਕਹਿੰਦਾ, ਜਿਹੜਾ ਬੰਦਾ ਕਦੇ ਮੱਥਾ ਟੇਕਣ ਨਹੀਂ ਆਉਂਦਾ, ਉਹਨੂੰ ਜੰਮ ਕੇ ਰੱਬਾ ਹੀ ਰੱਖਦੇ, ਜੰਮ ਕੇ ਰੱਬਾ ਕੇ ਰੱਖਦੇ। ਜਿਹਨੇ ਸਾਰੀ ਜ਼ਿੰਦਗੀ ਪਾਪਾਂ ਚ ਨੰਗਾਈ, ਉਹਨੂੰ ਜੰਮ ਕੇ ਰੱਬਾ ਕੇ ਰੱਖਦੇ ਨੇ। ਜਿਹੜਾ ਮਾਲਕ ਦਾ ਆਉਣਾ ਧੰਨ ਕਹਿ ਲੈਂਦਾ, ਜਿਹਨੇ ਮਾਲਕ ਦਾ ਪ੍ਰੇਮ ਕਮਾ ਲਿਆ, ਜੰਮ ਉਹਨਾਂ ਦੇ ਨੇੜੇ ਨਹੀਂ ਆਉਂਦੇ। ਇਹ ਮਹਾਰਾਜ ਦੀ ਬਾਣੀ ਦਾ ਕਲੀਅਰ ਸੱਚ ਆ, ਜਿੰਨੀ ਤੁਧਨੋਂ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਇਸੇ ਕਰਕੇ ਭਾਗਾਂ ਵਾਲੀਆਂ ਉਹ ਰੂਹਾਂ ਨੇ ਜਿਨ੍ਹਾਂ ਨੂੰ ਵੱਡੀਆਂ ਕਮਾਈਆਂ ਵਾਲਿਆਂ ਦੇ ਦਰਸ਼ਨ ਹੋ ਜਾਣ। ਦਾਸ ਨੇ ਥੋੜੇ ਦਿਨ ਪਹਿਲਾਂ ਧਾਰਨਾ ਪੜੀ ਸੀ, ਭਾਗਾਂ ਨਾਲ ਮਿਲਦੇ ਨੇ ਵੱਡੀਆਂ ਕਮਾਈਆਂ ਵਾਲੇ। ਮੈਨੂੰ ਪ੍ਰੇਮ ਵਾਲੇ ਕਹਿੰਦੇ, ਬਾਬਾ ਜੀ ਧਾਰਨਾ ਜ਼ਰੂਰ ਗਾਇਓ, ਇਹ ਵੱਡੀਆਂ ਕਮਾਈਆਂ ਦਾ ਪ੍ਰਤਾਪ ਆ। ਅੱਜ ਮੇਲੇ ਲੱਗਦੇ ਨੇ ਯਾਦਾਂ ਵਿੱਚ,
ਭਾਗਾਂ ਵਾਲੇ ਚੱਲ ਕੇ ਆ ਜਾਂਦੇ ਨੇ, ਮਾੜੇ ਕਰਮਾਂ ਵਾਲੇ ਬਾਹਰੋਂ ਗੇੜਾ ਦੇ ਕੇ ਮੁੜ ਜਾਂਦੇ ਨੇ। ਇੱਥੇ ਹੀ ਬਸ ਨਹੀਂ, ਮੈਂ ਸਾਂਝ ਪਾਵਾਂ ਘਰ ਵਿੱਚ ਖੰਡ ਪਾਠ ਸਾਹਿਬ ਕਰਾਉਂਦੇ ਹੋ, ਭਾਵੇਂ ਮੁੰਡੇ ਦਾ ਵਿਆਹ ਰੱਖਿਆ ਹੁੰਦਾ, ਭਾਵੇਂ ਬੱਚੇ ਦਾ ਜਨਮ ਦਿਨ ਮਨਾਉਂਦੇ ਹੋ। ਬੜੇ ਲੋਕ ਇੱਦਾਂ ਦੇ ਹੁੰਦੇ ਨੇ ਜਿਹੜੇ ਟੈਂਟ ਵਿੱਚੋਂ ਚਾਹ ਪਾਣੀ ਪੀ ਕੇ ਬਾਹਰੋਂ ਸ਼ਗਨ ਫੜਾ ਕੇ ਮੁੜ ਜਾਂਦੇ ਨੇ। ਕੀ ਕਹਿਣਗੇ, ਅੱਜ ਮੈਂ ਬਿਜ਼ੀ ਹਾਂ, ਅੱਜ ਮੈਂ ਕਈ ਪਾਸੇ ਜਾਣਾ, ਪਰ ਮੈਂ ਬੇਨਤੀ ਕਰਦਾ ਹੁੰਦਾ ਭਾਵੇਂ ਪੰਜ ਥਾਵਾਂ ਤੇ ਜਾਇਆ ਭਾਵੇਂ 15 ਥਾਵਾਂ ਤੇ ਜਾਇਆ, ਤੇਰੀ ਹਾਜ਼ਰੀ ਨਹੀਂ ਲੱਗਦੀ ਜਿੰਨਾ ਚਿਰ ਸਾਹਮਣੇ ਉਹ ਮੱਥਾ ਨਹੀਂ ਟੇਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨਾ ਚਿਰ ਮਾਲਕ ਦੇ ਚਰਨਾਂ ਵਿੱਚ ਨਹੀਂ ਬਹਿੰਦੇ, ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਸਾਹਮਣੇ। ਇਸੇ ਕਰਕੇ ਮਾਲਕ ਜੀ ਦੇ ਸਾਹਮਣੇ ਬਹਿਣਾ ਇਹ ਬਹੁਤ ਵੱਡੇ ਭਾਗ ਜਾਗੇ ਦੀ ਨਿਸ਼ਾਨੀ ਆ। ਧੰਨ ਧੰਨ ਬਾਬਾ ਗੱਜਣ ਸ਼ਾਹ ਜੀ, ਅੱਜ ਉਹਨਾਂ ਦੀਆਂ ਯਾਦਾਂ ਵਿੱਚ ਬੈਠੇ ਹੋ, ਤੁਹਾਡਾ ਮੇਲੇ ਵਾਲਾ ਕਰਮ ਜਾਗਿਆ। ਬੜੇ ਲੋਕੀ ਨੇ ਜਿਹੜੇ ਲੰਗਰ ਵਿੱਚ ਗੇੜਾ ਲਾ ਕੇ ਮੁੜ ਜਾਣਗੇ, ਬੜੇ ਬਾਹਰੋਂ ਦੁਕਾਨਾਂ ਵੀ ਮੁੜ ਜਾਣਗੇ। ਇੱਥੇ ਕੌਣ ਬਹਿੰਦੇ ਨੇ, ਜਿਨ੍ਹਾਂ ਦਾ ਮੇਲੇ ਵਾਲਾ ਕਰਮ ਜਾਗਿਆ, ਜਿਨ੍ਹਾਂ ਨੂੰ ਬਾਬਾ ਜੀ ਸੱਦ ਲਿਆਏ ਨੇ, ਆ ਜਾ ਸਾਹਮਣੇ ਬਹਿ ਜੀ, ਤੇਰਾ ਮੇਲੇ ਵਾਲਾ ਕਰਮ ਜਾਗਿਆ, ਤੇਰੀ ਹਾਜ਼ਰੀ ਦਰਗਾਹ ਤੱਕ ਲਾਵਾਂਗੇ। ਆਪਣੇ ਸਤਨਾਮ ਸ੍ਰੀ ਵਾਹ। ਗੱਲ ਮੇਲੇ ਵਾਲਾ ਕਰਮ ਜਾਗੇ ਦੀ ਹੈ, ਅੱਜ ਸਾਡਾ ਮੇਲੇ ਵਾਲਾ ਕਰਮ ਜਾਗਿਆ, ਫਿਰ ਬਾਬਾ ਜੀ ਦੇ ਪਿਆਰ ਵਿੱਚ ਬੜੇ ਉਤਾਰਨਾ ਗੱਜ ਕੇ, ਇਹ ਕਰਮ ਜਾਗੇ ਦੀ ਨਿਸ਼ਾਨੀ ਹੈ। ਵਿਦਵਾਨ ਕਹਿੰਦੇ ਨੇ ਇੱਕ ਕਰਮਾਂ ਦੀ ਕਿਰਪਾ ਇੱਕ ਕਰਮਾਂ ਦੀ ਮਾਰ, ਜਿਹੜੇ ਬੰਦੇ ਤੇ ਕਰਮਾਂ ਦੀ ਮਾਰ ਪੈਂਦੀ ਹੈ ਉਹ ਕਦੇ ਚੰਗੇ ਰਾਹ ਤੇ ਨਹੀਂ ਤੁਰਦਾ, ਹਮੇਸ਼ਾ ਮਾੜੇ ਕੰਮਾਂ ਵੱਲ ਜਾਏਗਾ, ਭੱਜਿਆ ਜਾਏਗਾ। ਜਿਵੇਂ ਪਾਣੀ ਭੱਜਿਆ ਜਾਂਦਾ ਨੀਵੇਂ ਪਾਸੇ, ਮਨ ਸਾਡਾ ਮਾੜੇ ਪਾਸੇ ਭੱਜ ਕੇ ਜਾਂਦਾ। ਮਹਾਰਾਜ ਕਹਿੰਦੇ ਬੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ ਹੋਏ। ਇਹ ਕਰਮਾਂ ਦੀ ਮਾਰ ਆ, ਜਦੋਂ ਮਾੜੇ ਰਾਹ ਤੇ ਭੱਜਿਆ ਜਾਂਦਾ, ਬੁਰੇ ਕੰਮ ਕੋ ਊਟ ਖਲੋਇਆ, ਨਾਮ ਕੀ ਵੇਲਾ ਪੈ 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 ਸੋ। ਜੇ ਕਹੀਏ ਵੀ ਆ ਜਾ ਖੰਡ ਪਾਠ ਸਾਹਿਬ ਹੋਣਾ ਭਾਈ ਪਹਿਰਾ ਲਾ ਦੇ, ਕੀ ਕਹਿਣਗੇ ਮੈਨੂੰ ਨੀਂਦ ਆਉਂਦੀ। ਠੇਕੇ ਵੱਲ ਜਾਣਾ ਹੋਵੇ ਫਿਰ ਕਹਿੰਦਾ ਮੈਨੂੰ ਫੜਾ ਦਿਓ ਪੰਜਾਂ ਦੇ ਪੈਸੇ, ਮੈਂ ਇਕੱਲਾ ਹੀ ਲੈ ਆਊਂਗਾ। ਆਪੋ ਸਤਨਾਮ ਸ੍ਰੀ ਵਾਹ। ਮੈਂ ਬੜੀ ਵਾਰੀ ਬੇਨਤੀ ਕਰਦਾ ਹੁੰਦਾ, ਬੜਿਆਂ ਦਾ ਸਾਈਕਲ ਮੋਟਰਸਾਈਕਲ ਨਾਲੋਂ ਵੱਧ ਭੱਜਿਆ ਜਾਂਦਾ ਹੁੰਦਾ ਠੇਕੇ ਵੱਲ। ਮੈਨੂੰ ਇੱਕ ਮਿਲਿਆ, ਮੈਂ ਕਿਹਾ ਕੱਲ ਲਾਣੇ ਦਾ ਰਾਹ ਬੜਾ ਭੱਜਿਆ ਜਾਂਦਾ ਸੀ, ਕਹਿੰਦਾ ਮੈਂ ਤੇ ਐਵੇਂ ਹੀ ਜਾਂਦਾ। ਮੈਂ ਕਿਹਾ ਗਿਆ ਕਿੱਥੇ, ਕਹਿੰਦਾ ਠੇਕੇ। ਮੈਂ ਕਿਹਾ ਮਹਾਰਾਜ ਦੀ ਬਾਣੀ ਸੱਚ ਕਹਿੰਦੀ ਆ, ਬੁਰੇ ਕੰਮ ਕੋ ਊਟ ਖਲੋਇਆ, ਭੱਜਿਆ ਜਾਂਦਾ ਮਾੜੇ ਕੰਮਾਂ ਨੂੰ। ਜੇ ਕਹੀਏ ਆ ਜਾ ਦੀਵਾਨ ਵਿੱਚ ਆ ਜਾ ਫੇਰ, ਬਾਬਾ ਜੀ ਸਾਡੇ ਘਰ ਨੀ ਕੋਈ। ਆਖੋ ਸਤਨਾਮ ਆ ਬਹਾਨੇ ਨੇ, ਜਦੋਂ ਪੱਬਾਂ ਕਲੱਬਾਂ ਵਿੱਚ ਜਾਂਦੇ ਹੋ ਕਿਹੜੀ ਜੈਡ ਸਿਕਿਉਰਿਟੀ ਛੱਡ ਕੇ ਜਾਂਦੇ ਹੋ, ਘਰ ਆਂਡੀਆਂ ਗਵਾਂਢੀ ਨੂੰ ਕਹਿੰਦੇ ਹੋ ਕਦੇ ਵੀ ਇੱਥੇ ਆਉਣ ਲਈ ਬਹਾਨਾ, ਸਾਡੇ ਘਰ ਨੀ ਕੋਈ। ਨਹੀਂ ਭਾਈ, ਭਾਈ ਇਹ ਸਾਡੇ ਮਨ ਦੀਆਂ ਬੇਈਮਾਨੀਆਂ ਨੇ। ਭਾਗਾਂ ਵਾਲਾ ਤੇ ਕਹਿੰਦਾ ਸਾਲ ਬਾਅਦ ਆ ਸਮਾਂ ਆਇਆ ਬਾਬਾ ਜੀ ਦਾ, ਸਲਾਨਾ ਜੋੜ ਮੇਲਾ ਆਇਆ, ਇਹਨੂੰ ਕਰਮਾਂ ਦੀ ਕਿਰਪਾ ਕਹਿੰਦੇ ਨੇ।
ਜਿਹੜੇ ਆ ਕੇ ਚੌਂਕੜੇ ਲਾ ਕੇ ਸਮਾਧੀ ਲਾ ਕੇ ਬਹਿ ਜਾਂਦੇ ਨੇ, ਪੜਿਓ ਜਿਹੜਾ ਪਿਆਰ ਨਾਲ ਭਾਗਾਂ ਨਾਲ ਮਿਲਦੇ ਨੇ ਬਾਜੇ ਦੀ ਸਾਰ ਮੇਨ ਦੀ ਬੇਸ ਭਾਗਾਂ ਨਾਲ ਮਿਲਦੇ ਜੀ ਵੱਡੀਆਂ ਕਮਾਈਆਂ ਭਾਗਾਂ ਨਾਲ ਮਿਲਦੇ ਨੇ ਵੱਡੀਆਂ ਕਮਾਈਆਂ ਵਾਲੇ 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 ਭਾਗਾਂ ਨਾਲ ਮਿਲਦੇ ਨੇ ਭਾਗਾਂ ਨਾਲ ਮਿਲਦੇ ਨੇ ਭਾਗਾਂ ਨਾਲ ਮਿਲਦੇ ਨੇ ਵੱਡੀਆਂ ਕਮਾਈਆਂ ਵਾਲੇ ਮਿਲਦੇ ਨੇ ਵੱਡੀਆਂ ਕਮਾਈਆਂ ਵਾਲੇ ਉਹ ਭਾਗਾਂ ਨਾਲ ਮਿਲਦੇ ਨੇ ਵੱਡੀਆਂ ਕਮਾਈਆਂ ਵਾਲੇ ਭਾਗਾਂ ਨਾਲ ਮਿਲਦੇ ਨੇ ਵੱਡੀਆਂ ਕਮਾਈਆਂ ਵਾਲੇ ਭਾਗਾਂ ਨਾਲ ਵੱਡੀਆਂ ਕਮਾਈਆਂ ਵਾਲੇ ਵੱਡੀਆਂ ਕਮਾਈਆਂ ਵਾਲੇ ਵੱਡੀਆਂ ਕਮਾਈਆਂ ਵੱਡੀਆਂ ਕਮਾਈਆਂ ਵਾਲੇ 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 ਵੱਡੀਆਂ ਕਮਾਈਆਂ ਵੱਡੀਆਂ ਕਮਾਈਆਂ ਵਾਲੇ 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 ਭਾਗਾਂ ਨਾਲ ਮਿਲਦੇ ਨੇ 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 ਵੱਡੀਆਂ ਕਮਾਈਆਂ ਵਾਲੇ ਵਾਹਿਗੁਰ ਸੰਤ ਮਿਲਾਇਆ ਪ੍ਰਭ ਵਿਨਾਸੀ ਕਰ ਮੈਂ ਪਾਇਆ ਭਾਗਾਂ ਦੀ ਗੱਲ ਆ ਸਾਡਾ ਸਾਰਿਆਂ ਦਾ ਭਾਗ ਜਾਗਿਆ ਧੰਨ ਧੰਨ ਬਾਬਾ ਗੱਜਣ ਸਾਹਿਬ ਜੀ ਉਹਨਾਂ ਦਾ ਸਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾ ਰਹੇ ਹੋ ਹੁਣ ਥੋੜਾ ਜਿਹਾ ਸਮਾਂ ਮਨ ਜੋੜਿਓ ਆਪਣਾ
ਮਨ ਜੋੜਿਓ। ਆ ਜਿਹੜੇ ਦਿਨ ਨੇ ਸ਼ਹੀਦਾਂ ਦੇ ਸਰਤਾਜ, ਧੰਨ 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 ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਉਹਨਾਂ ਦੇ ਸ਼ਹੀਦੀ ਦਿਹਾੜੇ ਲੰਘੇ ਨੇ। ਆ ਜਿਹੜੇ ਦਿਨ ਨੇ ਹੁਣ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਉਹਨਾਂ ਦੇ ਅਵਤਾਰ ਦਿਹਾੜੇ ਦੇ ਦਿਨ ਨੇ, ਪਰ ਜਿਹੜਾ ਪਹਿਲਾਂ ਸਮਾਂ ਲੰਘਿਆ ਨਾ ਸ਼ਹੀਦੀ ਦਿਹਾੜੇ ਦਾ, ਉਹ ਬੈਰਾਗ ਦੇ ਦਿਨ ਨੇ। ਤੱਤੀ ਤਵੀ ਤੇ ਬਹਿ ਗਏ ਮਹਾਰਾਜ ਸਮਾਧੀ ਲਾ ਕੇ। ਮੈਂ ਇੱਕ ਬਚਨ ਕਹਿਣ ਲੱਗਿਆ, ਨੋਟ ਕਰਿਓ। ਬਹੁਤ ਮੈਂ ਰੱਬ ਦੇ ਪਿਆਰੇ ਕਮਾਈ ਵਾਲੇ ਬੰਦਗੀ ਵਾਲੇ ਇਹਨਾਂ ਦਿਨਾਂ ਵਿੱਚ ਸੱਚਖੰਡ ਜਾਂਦੇ ਵੇਖੇ। ਸ਼ਹੀਦੀ ਦਿਹਾੜਾ ਹੁੰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਬਹੁਤ ਰੱਬ ਦੇ ਪਿਆਰੇ ਭਾਣੇ ਵਿੱਚ ਬਹਿ ਕੇ ਹੀ ਸੱਚਖੰਡ ਨੂੰ ਚਾਲਾ ਪਾ ਜਾਂਦੇ ਨੇ। ਉਹ ਕਹਿੰਦੇ ਬੈਰਾਗ ਝੱਲਿਆ ਨਹੀਂ ਜਾਂਦਾ ਭਾਵ ਕਹਿੰਦੇ। ਤੇ ਜਦੋਂ ਸ਼ਹੀਦੀ ਦਿਹਾੜਾ ਹੁੰਦਾ ਸਾਹਿਬਜ਼ਾਦਿਆਂ ਦਾ, ਉਦੋਂ ਵੇਖਿਓ ਬਹੁਤ ਕਮਾਈ ਵਾਲੇ ਗੁਰਮੁਖ ਪਿਆਰੇ ਉਹਨਾਂ ਦਿਨਾਂ ਵਿੱਚ ਵੀ ਸੱਚਖੰਡ ਜਾਂਦੇ ਨੇ, ਬਹੁਤੀਆਂ ਕਮਾਈਆਂ ਵਾਲੇ। ਇਹ ਬੈਰਾਗ ਦਾ ਸਮਾਂ ਹੁੰਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਤੱਤੀ ਤਵੀ ਤੇ ਬਹਿ ਗਏ, ਤੇਰਾ ਕੀਆ ਮਿੱਠਾ ਲੱਗਾ। ਮਾਲਕ ਜੀ ਤੇਰਾ ਭਾਣਾ ਮਿੱਠਾ ਲੱਗਦਾ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ। ਹਰ ਕਾ ਨਾਮ ਰਹਿੰਦਾ ਇਹਨੇ ਤਾਂ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸਦਾ ਸੰਭਾਲੇ, ਤੇਰਾ ਕੀਆ ਮਿੱਠਾ ਲੱਗੇ, ਮਿੱਠਾ ਲੱਗੇ ਹਰ ਨਾਮ ਪਦਾਰਥ, ਨਾਨਕ ਮੰਗੇ ਨਾਨਕ ਮੰਗੇ। ਉਹ ਵੀ ਵੇਲਾ ਯਾਦ ਕਰਿਓ ਜਦੋਂ ਸ਼ਬਦ ਹਜ਼ਾਰੇ ਪੜ੍ਹਦੇ ਨੇ ਮਹਾਰਾਜ, ਉਚਾਰਨ ਕਰਦੇ ਨੇ, ਇੱਕ ਘੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ। ਐ ਮਾਲਕ ਜੀ ਇੱਕ ਘੜੀ ਪਲ ਦਿਨ ਸਮੋਕੋ, ਬਹੁਤ ਦਿਹਾਰੇ ਮਨ ਨਾ ਰਹੇ ਕੈਸੇ, ਮਿਲੋ ਪਿਆਰੇ ਇੱਕ ਘੜੀ ਨਾ ਮਿਲਦੇ। ਇਹ ਗੂੜੀ ਪ੍ਰੀਤ ਦੀ ਨਿਸ਼ਾਨੀ ਹੈ। ਇੱਕ ਘੜੀ ਜੇ ਮੇਲਾ ਨਾ ਹੋਵੇ, ਪ੍ਰੇਮ ਵਾਲੇ ਕਹਿੰਦੇ ਮਹਾਰਾਜ ਏਦਾਂ ਲੱਗਦਾ ਜਿਵੇਂ ਕਲ ਯੁਗ ਵਰਤ ਗਿਆ ਹੋਵੇ। ਹੁਣ ਤੇ ਬਿਰਲੇ ਬੱਚੇ ਨੇ ਕਲ ਯੁਗ ਕੋਲੋਂ, ਬਿਰਲੇ ਕਹਿੰਦੇ ਆ ਕਲ ਯੁਗ ਮਾੜਾ ਆ ਗਿਆ, ਪਰ ਯਤਨ ਕਰਿਆ ਕਰੋ ਸਾਡੇ ਅੰਦਰ ਕਲ ਯੁਗ ਨਾ ਵਰਤੇ, ਅੰਦਰ ਬਾਹਰ ਭਾਵੇਂ ਵਰਤੀ ਜਾਵੇ ਦੁਨੀਆਂ ਵਿੱਚ ਜੱਗ ਵਿੱਚ, ਇਹ ਕੋਸ਼ਿਸ਼ ਕਰਿਆ ਕਰੋ ਵੀ ਸਾਡੇ ਮਨਾਂ ਅੰਦਰ ਪ੍ਰੇਮ ਬਣਿਆ ਰਹਿ ਜੇ, ਭੈਣ ਭੈਣ ਸਾਡੇ ਮਨਾਂ ਅੰਦਰ, ਮਾਂ ਪਿਓ ਦਾ ਪ੍ਰੇਮ ਬਣਿਆ ਰਹਿ ਜੇ ਸਾਡੇ ਅੰਦਰ, ਕਲ ਯੁਗ ਨਾ ਵਰਤੇ। ਆਖੋ ਸਾਧਨਾ ਸ੍ਰੀ ਵਾਹ। ਜਦੋਂ ਤੋੜ ਵਿਛੋੜਾ ਕਰਕੇ ਵਹਿੰਦੇ ਹੋ ਨਾ ਭੈਣ ਭਰਾਵਾਂ ਨਾਲ, ਆ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ ਜਦੋਂ ਕਹਿੰਦੇ ਹੋ ਨਾ, ਇਹ ਨਿਸ਼ਾਨੀ ਆ ਤੁਹਾਡੇ ਉੱਤੇ ਕਲ ਯੁਗ ਦਾ ਅਸਰ ਹੋ ਗਿਆ। ਜੇ ਕਹਿੰਦੇ ਹੋ ਮੈਂ ਸਤਿਯੁਗੀ ਬਣ ਕੇ ਰਵਾਂ, ਫਿਰ ਫਕਰ ਫਕੀਰ ਬਣ ਕੇ ਕਹਿ ਦਿਆ ਕਰੋ, ਲੈ ਭਾਈ ਆ ਵੀ ਤੇਰਾ ਚੱਕ, ਆ ਵੀ ਤੇਰਾ ਚੱਕ। ਜੇ ਤੁਸੀਂ ਸੱਚੇ ਫਕੀਰ ਹੋ, ਇਹ ਨਿਸ਼ਾਨੀ ਆ। ਆਪਾਂ ਕਹਿੰਦੇ ਆ ਕਲ ਯੁਗ ਮਾੜਾ ਕਲ ਯੁਗ ਮਾੜਾ, ਪਰ ਮਹਾਰਾਜ ਦੀ ਬਾਣੀ ਕੀ ਕਹਿੰਦੀ ਹੈ? ਮਹਾਰਾਜ ਕਹਿੰਦੇ ਧੰਨ ਧੰਨ ਕਲ ਯੁਗ ਨਾਨਕ, ਜੇ ਚੱਲੇ ਸਤਿਗੁਰ ਭਾਏ ਭਾਏ। ਜੇ ਮਾਲਕ ਦੇ ਪ੍ਰੇਮ ਵਿੱਚ ਚੱਲਦੇ ਹੋ ਘਾਟਾ ਨਹੀਂ ਰਹਿਣਾ ਤੁਹਾਨੂੰ,
ਜੇ ਮਾਲਕ ਦੇ ਪ੍ਰੇਮ ਵਿੱਚ ਬਹਿੰਦੇ ਹੋ ਚੌਂਕੜਾ ਮਾਰ ਕੇ ਵਾਹਿਗੁਰੂ 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 ਦਾ ਆਵਾਜ਼ਾ ਆਉਂਦਾ ਹੋ, ਜੇ ਮਾਲਕ ਦੇ ਪ੍ਰੇਮ ਵਿੱਚ ਬੈਠੇ ਹੋ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ ਬਹੁ ਰੰਗੀ, ਜੋ ਤੇ ਸੁਭਾਵੈ ਨਾਨਕਾ ਸਾਈ ਗੱਲ ਚੱਲ। ਫਿਰ ਮਹਾਰਾਜ ਕਹਿੰਦੇ ਨੇ ਧੰਨ ਧੰਨ ਕਲਯੁਗ ਨਾਨਕਾ, ਮਹਾਰਾਜ ਕਹਿੰਦੇ ਕਲਯੁਗ ਵੀ ਧੰਨ ਧੰਨ, ਆਪਾਂ ਕਹਿੰਦੇ ਆ ਕਲਯੁਗ ਮਾੜਾ ਮਾੜਾ ਉਹਨਾਂ ਲਈ ਆ ਜਿਹੜੇ ਪ੍ਰੇਮ ਵਿੱਚੋਂ ਭੱਜ ਗਏ, ਜਿਹੜੇ ਆਗਿਆ ਵਿੱਚੋਂ ਭੱਜ ਗਏ, ਮਾੜਾ ਉਹਨਾਂ ਲਈ ਆ ਜਿਹੜੇ ਮਾਲਕ ਦੇ ਪ੍ਰੇਮ ਵਿੱਚ ਬਹਿੰਦੇ ਨੇ ਨਾ, ਉਹਨਾਂ ਲਈ ਤੇ ਕਲਯੁਗ ਧੰਨ 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 ਕਲਯੁਗ ਨਾਨਕ ਜੇ ਚੱਲੇ ਸਤਿਗੁਰ ਭਾਏ ਭਾਏ ਭਾਏ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਕਲ ਤਾਤੀ ਠੰਡਾ ਹਰਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਸਤਨਾਮ ਦਾ ਆਵਾਜ਼ਾ ਪਿਆਵੇ, ਜਿਹੜੇ ਬਹਿ ਜਾਣ ਚੌਂਕੜਾ ਮਾਰ ਕੇ, ਧੰਨ ਧੰਨ ਬਾਬਾ ਗੱਜਣ ਸਾਹਿਬ ਜੀ ਮਹਾਰਾਜ ਵਰਗੇ, ਜਿਹੜੇ ਜਿੱਥੇ ਬਹਿ ਗਏ ਰੌਣਕਾਂ ਲੱਗਣ ਲੱਗ। ਪ੍ਰੇਮ ਵਾਲਿਆਂ ਤੋਂ ਕਦੇ ਦੂਰ ਨਹੀਂ ਜਾਂਦੇ ਪ੍ਰੇਮ ਵਾਲੇ, ਇਹ ਤੇ ਆਪਾਂ ਹੀ ਆ ਜਿਹੜੇ ਕਹਿੰਦੇ ਆ ਛੱਡ ਦਿਆਂਗੇ, ਅੱਜ ਤੋਂ ਤੂੰ ਨਹੀਂ ਸਾਡਾ ਅਸੀਂ ਤੇਰੇ ਨਹੀਂ, ਪਰ ਜਿਹੜੇ ਪ੍ਰੇਮ ਵਾਲੇ ਨੇ ਉਹ ਕਦੇ ਛੱਡ ਕੇ ਨਹੀਂ ਜਾਂਦੇ। ਸਰੀਰ ਕਰਕੇ ਭਾਵੇਂ ਓਹਲਾ ਦੇ ਜਾਣ, ਪਰ ਜਿਹੜੀ ਉਹਨਾਂ ਦੀ ਕਿਰਪਾ, ਜਿਹੜੀ ਉਹਨਾਂ ਦੀ ਬਖਸ਼ਿਸ਼ ਆ, ਉਹ ਕਦੇ ਨਹੀਂ ਖੋਲੇ ਹੁੰਦੇ, ਕਿਰਪਾ ਨਹੀਂ ਖੋਲੇ ਹੁੰਦੇ। ਉੱਥੇ ਸਮਾਧੀ ਵਿੱਚ ਬਹਿੰਦੇ ਨੇ, ਸਾਨੂੰ ਵੀ ਸਿਖਾਇਆ ਸਤਨਾਮ ਦਾ ਆਵਾਜ਼ਾ ਪਿਆਰੇ ਸਤਨਾਮ ਦਾ ਵਾਜਾ ਪਿਆਵੇ ਪਿਆਰਿਆਂ ਦੇ ਰੋਮ ਰੋਮ ਜੋ, ਸਤਨਾਮ ਦਾ ਵਾਜਾ ਪਿਆਵੇ ਪਿਆਰਿਆਂ ਦੇ ਰੋਮ ਰੋਮ ਜੋ, ਸਤਨਾਮ ਦਾ ਵਾਜਾ ਪਿਆਵੇ ਪਿਆਰਿਆਂ ਦੇ ਰੋਮ ਰੋਮ ਜੋ, ਸਤਨਾਮ ਦਾ ਆਵਾਜ਼ਾ ਪਿਆਵੇ ਪਿਆਰਿਆਂ ਦੇ ਰੋਮ ਰੋਮ ਜੋ, ਸਤਨਾਮ ਦਾ ਆਵਾਜ਼ਾ ਪਿਆਵੇ ਆਵਾਜ਼ਾ ਆਵਾਜ਼ਾ ਪਿਆਵੇ ਪਿਆਰਿਆਂ ਦੇ ਰੋਮ ਰੋਮ, ਸਤਨਾਮ ਦਾ ਆਵਾਜ਼ਾ ਪਿਆਵੇ ਸਤਨਾਮ ਦਾ ਵਾਜਾ ਪਿਆਵੇ ਪਿਆਰਿਆਂ ਦੇ ਰੋਮ ਰੋਮ ਜੋ, ਸਤਨਾਮ ਦਾ ਵਾਜਾ ਪਿਆਵੇ ਪਿਆਰਿਆਂ ਦੇ ਰੋਮ ਰੋਮ, ਬੋਲੋ ਭੈਣੋ ਸਤਨਾਮ ਦਾ ਪਿਆਵੇ ਪਿਆਰਿਆਂ ਦੇ ਰੋਮ ਰੋਮ ਜੋ, ਸਤਨਾਮ ਦਾ ਵਾਜਾ ਪਿਆਵੇ ਪਿਆਰਿਆਂ ਦੇ ਰੋਮ ਰੋਮ ਜੋ, ਪਿਆਰਿਆਂ ਦੇ ਰੋਮ ਰੋਮ ਤੇਰੇ ਪਿਆਰੇ ਪਿਆਰਿਆਂ ਦੇ ਰੋਮ ਰੋਮ ਜੋ, ਮੇਰੇ ਪਿਆਰੇ ਪਿਆਰ
ਪਿਆਰਿਆਂ ਦੇ ਰੋਮ ਰੋਮ ਜੋ ਮੇਰੇ ਪਿਆਰੇ ਪਿਆਰਿਆਂ ਦੇ ਰੋਮ ਰੋਮ ਜੋ ਮੇਰੇ ਪਿਆਰੇ ਪਿਆਰਿਆਂ ਦੇ ਰੋਮ ਰੋਮ ਜੋ ਮੇਰੇ ਪਿਆਰੇ ਪਿਆਰਿਆਂ ਦੇ ਰੋਮ ਰੋਮ ਜੋ ਬਾਬਾ ਬਾਬਾ ਪਿਆਰਿਆਂ ਦੇ ਰੋਮ ਰੋਮ ਚੋ ਪਿਆਰੇ ਪਿਆਰਿਆਂ ਦੇ ਰੋਮ ਰੋਮ ਚੋ ਪਿਆਰੇ ਪਿਆਰਿਆਂ ਦੇ ਰੋਮ ਰੋਮ ਚੋ ਬਾਬਾ ਬਾਬਾ ਪਿਆਰਿਆਂ ਦੇ ਰੋਮ ਰੋਮ ਚੋ ਪਿਆਰਿਆਂ ਦੇ ਰੋਮ ਰੋਮ ਚੋ ਪਿਆਰਿਆਂ ਦੇ ਰੋਮ ਰੋਮ ਚੋ ਸਤਨਾਮ ਪਿਆਇਆ ਵੇ ਪਿਆਰਿਆਂ ਦੇ ਰੋਮ ਰੋਮ ਚੋ ਸਤਨਾਮ ਦਾ ਵਾਜਾ ਪਿਆਇਆ ਵੇ ਪਿਆਰਿਆਂ ਦੇ ਰੋਮ ਰੋਮ ਚੋ ਮਹਾਰਾਜ ਕਹਿੰਦੇ ਗੁਰਮੁਖ ਰੋਮ ਰੋਮ ਹਰ ਤਿਆ ਪਿਆ ਕਲ ਦਾਦੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਤੇਰਾ ਕੀ ਆ ਮਿੱਠਾ ਲੱਗ ਗਿਆ ਸੁਣਿਓ ਹੁਣ ਮਨੋ ਬਿਰਤੀਆਂ ਕਾਗਰ ਕਰਿਓ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਤੱਤੀ ਤਵੀ ਤੇ ਬਹਿ ਗਏ ਦਸ ਬੜੀ ਵਾਰੀ ਬੇਨਤੀ ਕਰਦਾ ਹੁੰਦਾ ਤੱਤੀ ਤਵੀ ਉੱਤੇ ਬਹਿਣ ਤੋਂ ਪਹਿਲਾਂ ਉਹਨਾਂ ਨੇ ਬਹੁਤ ਘਾਲਣਾ ਕਰੀ ਬਹੁਤ ਕਿਰਪਾ ਦਾ ਮੀਂਹ ਪਾਇਆ ਇਹ ਸਾਰੀਆਂ ਪਾਵਨਾ ਪਤਾ ਕਿੱਥੋਂ ਮਿਲੀਆਂ ਉਹਨਾਂ ਨੇ ਮਾਂ ਪਿਓ ਦੀ ਆਗਿਆ ਸਤ ਕਰਕੇ ਮੰਨੀ ਸੀ ਆਖੋ ਸਤਨਾਮ ਸ੍ਰੀ ਵਾਹਿ ਜਿਹੜਾ ਮਾਂ ਪਿਓ ਦੀ ਆਗਿਆ ਵਿੱਚ ਵਹਿੰਦਾ ਨਾ ਉਹ ਮਾਲਕ ਦਾ ਭਾਣਾ ਮਿੱਠਾ ਕਰਕੇ ਮੰਨ ਲੈਂਦਾ ਜਿਹਨੇ ਮਾਂ ਪਿਓ ਦੀ ਆਗਿਆ ਨਹੀਂ ਮੰਨੀ ਉਹ ਰੱਬ ਦਾ ਭਾਣਾ ਮੰਨੇ ਨਹੀਂ ਸਕਦਾ ਭਾਵੇਂ ਲੱਖਾਂ ਵਿਖਾਵਾ ਕਰਦਾ ਫਿਰੇ ਮੈਨੂੰ ਥੋੜਾ ਜਿਹਾ ਹੁਕਮ ਹੋਇਆ ਸ਼ਹੀਦਾਂ ਦੇ ਸਰਤਾਜ ਕਹਿੰਦੇ ਹੋ ਸ਼ਹੀਦੀ ਨੂੰ ਜਨਮ ਦੇਣ ਵਾਲੇ ਮੈਂ ਆਹ ਸ਼ਬਦ ਪਤਾ ਕਿਉਂ ਯੂਜ ਕਰਦਾ ਪਿਆ ਸ਼ਹੀਦੀ ਨੂੰ ਸ਼ਹੀਦੀ ਜਨਮ ਦਿਹਾੜਾ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਜੀ ਸ਼ਹੀਦੀ ਨੂੰ ਜਨਮ ਦਿੱਤਾ ਤਾਂ ਗੁਰੂ ਅਰਜਨ ਦੇ ਮਹਾਰਾਜ ਨੇ ਦਿੱਤਾ ਸ੍ਰੀ ਵਾਹ ਉਹਨਾਂ ਦਾ ਸ਼ਹੀਦੀ ਜਨਮ ਦਿਹਾੜਾ ਲੰਘਿਆ ਸ਼ਹੀਦੀ ਦਿਹਾੜਾ ਲੰਘਿਆ ਉਹ ਵੇਲਾ ਯਾਦ ਕਰਿਓ ਜਦੋਂ ਮਾਂ ਪਿਓ ਦੀ ਆਗਿਆ ਸਤ ਕਰਕੇ ਮੰਨੀ ਪਿਰਥੀ ਚੰਦ ਵਰਗੇ ਖਾਲੀ ਰਹਿ ਗਏ ਭਾਈ ਆਂਦੇ ਵਰਗੇ ਖਾਲੀ ਰਹਿ ਗਏ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇੱਕ ਵੀ ਬਚਨ ਨਹੀਂ ਮੋੜਿਆ ਗੁਰੂ ਰਾਮਦਾਸ ਮਹਾਰਾਜ ਆਪਣੀ ਮਾਤਾ ਮਾਤਾ ਭਾਨੀ ਜੀ ਦਾ ਇੱਕ ਵੀ ਬਚਨ ਨਹੀਂ ਮੋੜਿਆ ਤੱਤੀ ਤਵੀ ਤੇ ਬਹਿ ਗਏ ਭਾਣਾ ਮਿੱਠਾ ਕਰਕੇ ਮੰਨ ਲਿਆ ਇਹ ਸਾਡੇ ਲਈ ਚਾਨਣਾ ਭਾਵੇਂ ਬੜੇ ਤੋਂ ਵੱਡਾ ਦੁੱਖ ਪਵੇ ਵੱਡੇ ਤੋਂ ਵੱਡਾ ਦੁੱਖ ਆਵੇ ਆਪਾਂ ਕੀ ਕਹਿੰਦੇ ਹਾਂ ਸਾਡੇ ਤੇ ਮਾੜਾ ਜਿਹਾ ਦੁੱਖ ਪਵੇ ਬੜੇ ਕਹਿਣਗੇ ਬਾਬਾ ਜੀ ਮੇਰਾ ਗੁਰਦੁਆਰੇ ਜਾਣ ਨੂੰ ਜੀ ਨਹੀਂ ਕਰਦਾ ਬੜੇ ਕਹਿਣਗੇ ਰੱਬ ਨੇ ਦਿੱਤਾ ਹੀ ਕੀ ਆ ਮੈਨੂੰ
ਪਰ ਜੇ ਬਾਣੀ ਦਾ ਗਿਆਨ ਪੜੋਗੇ ਨਾ ਵਿਚਾਰੋਗੇ ਸਾਰਿਆਂ ਤੋਂ ਵੱਡੀ ਕਿਰਪਾ ਜਿਹੜਾ ਬੰਦਾ ਕਹਿੰਦਾ ਰੱਬ ਨੇ ਦਿੱਤਾ ਹੀ ਕੀ ਆ ਅੱਜ ਇਹ ਮਨੁੱਖਾ ਜਨਮ ਮਿਲਿਆ ਇਹ ਛੋਟੀ ਕਿਰਪਾ ਨਹੀਂ ਆਖੋ ਸਤਿਨਾਮ ਮਨੁੱਖਾ ਜਨਮ ਮਿਲਿਆ ਇਹ ਬਹੁਤ ਵੱਡੀ ਕਿਰਪਾ ਜੇ ਪੰਜਾਬ ਤੇ ਜਨਮ ਹੋਇਆ ਸਿੱਖਾਂ ਦੇ ਘਰ ਜਨਮ ਹੋ ਗਿਆ ਬਹੁਤ ਵੱਡੀ ਕਿਰਪਾ ਮਾਲਕ ਦਾ ਭਾਣਾ ਮਿੱਠਾ ਕਰਕੇ ਮੰਨੀਏ ਬੜੇ ਕਹਿਣਗੇ ਬਾਬਾ ਜੀ ਮੇਰਾ ਤੇ ਜੀ ਨਹੀਂ ਕਰਦਾ ਗੁਰਦੁਆਰੇ ਜਾਣ ਦਾ ਮੈਂ ਲੁਧਿਆਣੇ ਲੱਗ ਕੇ ਹਾਜ਼ਰੀ ਭਰੀ ਉਹ ਮੈਨੂੰ ਬੀਬੀ ਕਹਿੰਦੀ ਬਾਬਾ ਜੀ 12 ਸਾਲ ਦਾ ਬੱਚਾ ਮੇਰਾ 12 ਸਾਲ ਦਾ ਇਹ ਪਤਾ ਕੀ ਕਹਿੰਦਾ ਇਹ ਕਹਿੰਦਾ ਮੇਰਾ ਗੁਰਦੁਆਰੇ ਜਾਣ ਨੂੰ ਜੀ ਨਹੀਂ ਕਰਦਾ ਮੈਂ ਹੱਥ ਬੰਨ ਕੇ ਗਿਆ ਬੀਬਾ ਜੀ ਇਹਨੂੰ ਹੁਣੇ ਸਾਂਭ ਲਓ ਹੁਣੇ ਜਿਹੜਾ 12 ਸਾਲ ਦੀ ਉਮਰ ਚ ਕਹਿੰਦਾ ਮੇਰਾ ਨਹੀਂ ਜੀ ਕਰਦਾ ਗੁਰਦੁਆਰੇ ਜਾਣ ਨੂੰ ਇਹ ਵੱਡਾ ਹੋ ਕੇ ਗੁਰਦੁਆਰੇ ਨਹੀਂ ਜਾਂਦਾ ਫਿਰ ਜਾਂ ਥਾਣੇ ਜਾਏਗਾ ਜਾਂ ਠੇਕੇ ਜਾਏਗਾ ਤੀਜੀ ਥਾਂ ਨਹੀਂ ਕੋਈ ਇਹ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਨ੍ਹਾਂ ਨੇ ਇੰਨਾ ਪ੍ਰੇਮ ਨਿਭਾਇਆ ਤੱਤੀ ਤਵੀ ਤੇ ਬਹਿ ਗਏ ਨੇ ਸਮਾਧੀ ਲਾ ਕੇ ਅੱਜ ਤੱਕ ਪੜ੍ਹਦੇ ਹੋ ਤੱਤੀ ਤਵੀ ਉੱਤੇ ਬਹਿ ਗਏ ਪੜ੍ਹਿਓ ਸਾਰੇ ਪ੍ਰੇਮ ਨਾਲ ਬੋਲਿਆ ਕਰੋ ਸਾਡੀ ਹਾਜ਼ਰੀ ਲੱਗ ਜਾਏ ਇੱਥੇ ਆਪਾਂ ਜਦੋਂ ਆਉਂਦੇ ਹਾਂ ਆਪਾਂ ਘਰੋਂ ਕੀ ਕਹਿੰਦੇ ਹਾਂ ਵੀ ਮੈਂ ਮੇਲਾ ਵੇਖਣ ਚੱਲੇ ਹਾਂ ਮੇਲਾ ਵੇਖਣ ਇੱਥੇ ਆਪਾਂ ਜੇ ਆਉਂਦੇ ਹਾਂ ਕੀਰਤਨ ਕਰਨ ਵਾਲਿਆਂ ਨੂੰ ਵੇਖਣ ਨਹੀਂ ਆਉਂਦੇ ਇੱਥੇ ਆਪਾਂ ਸਾਰੇ ਕੀਰਤਨ ਕਰਨ ਵਾਲੇ ਜੇ ਮੇਲਾ ਵੇਖਣਾ ਫਿਰ ਤੇ ਬਾਹਰੋਂ ਹੀ ਮੁੜ ਜਾਈਏ ਭਾਈ ਬਾਬਾ ਕਬੀਰ ਜੀ ਨੂੰ ਪ੍ਰੇਮ ਵਾਲੇ ਲੈ ਗਏ ਬਾਬਾ ਕਬੀਰ ਜੀ ਨੂੰ ਕਹਿੰਦੇ ਬਾਬਾ ਕਬੀਰ ਜੀ ਆਓ ਤੁਹਾਨੂੰ ਮੇਲਾ ਵਿਖਾ ਕੇ ਲੈ ਗਏ ਜਿਹੜੇ ਬੰਦਗੀ ਵਾਲੇ ਨੇ ਨਾ ਨਹੀਂ ਕਰਦੇ ਹੁੰਦੇ ਉਹ ਮਨ ਕਰਕੇ ਫਕੀਰ ਨੇ ਭਾਵੇਂ ਕੋਈ ਪ੍ਰੇਮੀ ਆ ਕੇ ਲੈ ਜੇ ਭਾਵੇਂ ਕੋਈ ਕੋਈ ਗੱਡੀ ਚ ਬਿਠਾ ਕੇ ਲੈ ਜੇ ਭਾਵੇਂ ਕੋਈ ਗੱਡੇ ਤੇ ਬਿਠਾ ਕੇ ਲੈ ਜੇ ਭਾਵੇਂ ਕੋਈ ਮੋਟਰਸਾਈਕਲ ਤੇ ਆ ਕੇ ਲੈ ਜੇ ਉਹ ਨਾ ਨਹੀਂ ਕਰਦੇ ਹੁੰਦੇ ਜਿਹੜੇ ਬੰਦਗੀ ਵਾਲੇ ਹੋਣ ਜਿਹੜੇ ਘਾਲਣਾ ਵਾਲੇ ਹੋਣ ਉਹ ਤੇ ਪ੍ਰੇਮ ਵੇਖਦੇ ਨੇ ਵੀ ਪ੍ਰੇਮ ਆ ਮਨ ਵਿੱਚ ਚੱਲ ਪਈ ਸਾਡੇ ਨੇੜੇ ਬਾਬਾ ਨੇਕ ਰਾਮ ਜੀ ਰਸੋਈ ਵਾਲੇ ਮਹਾਂਪੁਰਸ਼ ਜੇ ਉਹਨਾਂ ਨੂੰ ਕਹਿਣਾ ਬਾਬਾ ਜੀ ਘਰ ਚੱਲੋਗੇ ਉਹਨਾਂ ਨੇ ਕਹਿਣਾ ਸਵੇਰੇ 3 ਵਜੇ ਆ ਜੀ ਭਾਈ 3 ਵਜੇ ਜਿਨ੍ਹਾਂ ਨੇ ਘਾਲਣਾ ਘਾਲਣੀ ਹੋਵੇ ਉਹ ਭੱਜੇ ਜਾਂਦੇ ਨੇ ਵੀ ਸੱਦ ਰਹੇ ਨੇ ਬਾਕੀ ਦੁਨੀਆ ਦੇ ਲੋਕੀ ਕਹਿਣਗੇ ਬਾਬਾ ਦੁਪਹਿਰੇ 12 ਵਜੇ ਦੀ ਗੱਲ ਕਰ ਜੇ ਕਰਨੀ ਆ ਆਖੋ ਸਤਨਾਮ ਸ੍ਰੀ ਵਾਹ ਦੁਪਹਿਰੇ 3 ਵਜੇ ਆ ਜਾਣਗੇ ਸਵੇਰੇ ਵੀ 3 ਵਜੇ ਆਇਆ ਜਾਣਾ ਪਰ ਕਮਾਈ ਵਾਲੇ ਉਹਨਾਂ ਦੀ ਹਾਂ ਵਿੱਚ ਹਾਂ ਕਹਿਣੀ ਪੈਂਦੀ ਆ ਗੱਲ ਤੱਕ ਬਣਦੀ ਉਹ ਪਰਖਦੇ ਨੇ ਵੀ ਆਪਣੀਆਂ ਆਕੜਾਂ ਛੱਡਦਾ ਆਪਣੀ ਚੌਧਰ ਛੱਡਦਾ ਕਿ ਨਹੀਂ ਪ੍ਰੇਮ ਵਾਲਾ ਤੇ ਕਹਿੰਦਾ ਬਾਬਾ ਜੀ 3 ਵਜੇ ਕਹੋਗੇ 3 ਵਜੇ ਆ ਜਾਵਾਂਗੇ ਜੇ ਰਾਤ ਦੇ 1:30 ਵਜੇ ਸੱਦੋਗੇ 1:30 ਵਜੇ ਵੀ ਆ ਜਾਵਾਂਗੇ ਗੱਲ ਪ੍ਰੇਮ ਦੀ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀ ਤਵੀ ਤੇ ਬਹਿ ਗਏ ਆਪਾਂ ਤੇ ਵੇਖ ਵੀ ਨਹੀਂ ਸਕਦੇ ਉਹਨਾਂ ਦੀ ਯਾਦ ਵਿੱਚ
ਦੁਨੀਆਂ ਦੇ ਕੋਨੇ ਕੋਨੇ ਵਿੱਚ ਜਾਪ ਹੋਏ ਨੇ ਸੁਖਮਨੀ ਸਾਹਿਬ ਦੁਨੀਆਂ ਦੇ ਕੋਨੇ ਕੋਨੇ ਕਿਉਂ ਪ੍ਰੇਮ ਵਾਲੇ ਕਹਿੰਦੇ ਸੀ ਮਹਾਰਾ ਤੱਤੀ ਤਵੀ ਤੇ ਬਹਿ ਗਏ ਆਪਾਂ ਉਹਨਾਂ ਦੀ ਯਾਦ ਵਿੱਚ ਵੀ ਨਹੀਂ ਬਹਿ ਸਕਦੇ ਅਸੀਂ ਤੇ ਗੁਰੂ ਘਰ ਆ ਕੇ ਵੀ ਕਰੀ ਜਾਂਦੇ ਹਾਂ ਇੰਨੀ ਗਰਮੀ ਮੈਂ ਬੜਿਆਂ ਨੂੰ ਕਹਿੰਦਾ ਉਹ ਪੱਖੇ ਲੱਗੇ ਨੇ ਏਸੀ ਚੱਲਦੇ ਨੇ ਇੰਨੀ ਗਰਮੀ ਨਾ ਗਿਆ ਕਰੋ ਜੇ ਕਹਿਣਾ ਧੰਨ ਗੁਰੂ ਅਰਜਨ ਦੇਵ ਜੀ ਗਿਆ ਕਰੋ ਆਖੋ ਸਭ ਮਹਾਰਾਜ ਇੰਨੀ ਗਰਮੀ ਵਿੱਚ ਜੇਠ ਦਾ ਮਹੀਨਾ ਤੱਤੀ ਤਵੀ ਤੇ ਬਹਿ ਗਏ ਹੋ ਮਹਾਰਾਜ ਅਸੀਂ ਤੇ ਵੇਖ ਵੀ ਨਹੀਂ ਸਕਦੇ ਬਹਿਣਾ ਤੇ ਦੂਰ ਦੀ ਗੱਲ ਤੱਤੀ ਤਵੀ ਉੱਤੇ ਬਹਿ ਗਏ ਤੱਤੀ ਤਵੀ ਉੱਤੇ ਬਹਿ ਗਏ ਗੁਰੂ ਪੰਜਵੇਂ ਪਿਆਰੇ 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 ਵੇਖਿਆ ਨਾ ਜਾਵੇ ਹਾਲ ਵੇਖਿਆ ਨਾ ਜਾਵੇ ਹੱਥੋਂ ਵੇਖਿਆ ਨਾ ਜਾਵੇ ਹਾਲ ਵੇਖਿਆ ਨਾ ਜਾਵੇ ਹੱਥੋਂ ਵੇਖਿਆ ਨਾ ਜਾਵੇ ਹਾਲ ਵੇਖਿਆ ਨਾ ਜਾਵੇ ਹੱਥੋਂ ਵੇਖਿਆ ਨਾ ਜਾਵੇ ਤੁਸਾਂ ਦੁੱਖੜੇ ਸਹਾਰੇ ਸਾਥੋਂ 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 ਵੇਖਿਆ ਨਾ ਜਾਵੇ ਤੁਸਾਂ ਦੁੱਖੜੇ ਸਹਾਰੇ ਤਵੀ ਉੱਤੇ ਬਹਿ ਗਏ ਗੁਰੂ ਪੰਜਵੇਂ ਪਿਆਰੇ ਤੱਤੀ ਤਵੀ ਉੱਤੇ ਬਹਿ ਗਏ ਗੁਰੂ ਪੰਜਵੇਂ ਪਿਆਰੇ
ਅਸੀਂ ਤਵੀ ਉੱਤੇ ਬਹਿ ਗਏ ਗੁਰੂ ਪੰਜਵੇਂ ਪਿਆਰੇ ਧਰਤੀ ਤਵੀ ਉੱਤੇ ਬਹਿ ਗਏ ਗੁਰੂ ਪੰਜਵੇਂ ਪਿਆਰੇ ਧਰਤੀ ਤਵੀ ਉੱਤੇ ਬਹਿ ਗਏ ਗੁਰੂ ਪੰਜਵੇਂ ਪਿਆਰੇ ਧਰਤੀ ਤਵੀ ਉੱਤੇ ਬਹਿ ਗਏ ਗੁਰੂ ਪੰਜਵੇਂ ਪਿਆਰੇ ਹੱਥੋਂ ਵੇਖਿਆ ਨਾ ਜਾਵੇ ਮਹਾਰਾਜ ਅਸੀਂ ਤੇ ਵੇਖ ਵੀ ਨਹੀਂ ਸਕਦੇ ਐਡਾ ਵੱਡਾ ਦੁੱਖ ਚੱਲਣਾ ਤੇ ਦੂਰ ਦੀ ਗੱਲ ਤੱਦੀ ਤਵੀ ਉੱਤੇ ਬਹਿਣਾ ਇਹ ਤੇ ਬਹੁਤ ਵੱਡੀ ਭਗਤੀ ਆ ਤੇ ਬੜੇ ਲੋਕੀ ਕਹਿੰਦੇ ਨੇ ਜੀ ਤਵੀ ਨੂੰ ਠੰਡਾ ਕਿਉਂ ਨਹੀਂ ਕੀਤਾ ਮਹਾਰਾਜ ਨੇ ਵੇਖਿਓ ਜੇਠ ਦਾ ਮਹੀਨਾ ਵੀ ਤੱਤਾ ਚੰਦੂ ਦਾ ਸੁਭਾਅ ਵੀ ਤੱਤਾ ਅੱਗ ਵੀ ਤੱਤੀ ਰੇਤ ਵੀ ਤੱਤੀ ਜੇ ਤੱਤੀ ਤਵੀ ਨੂੰ ਠੰਡਾ ਕਰ ਦਿੰਦੇ ਲੋਕਾਂ ਨੇ ਕਹਿਣਾ ਸੀ ਕਰਾਮਾਤ ਵਿਖਾਈ ਹੈ ਪਰ ਆਹ ਛੋਟੀ ਕਰਾਮਾਤ ਨਹੀਂ ਇਹ ਵੱਡੀ ਕਰਾਮਾਤ ਆ ਤੱਤੀ ਤਵੀ ਤੇ ਬਹਿ ਗਏ ਰੇਤ ਤੱਤੀ ਜੇਠ ਦਾ ਮਹੀਨਾ ਤੱਤਾ ਚੰਦੂ ਦਾ ਸੁਭਾਅ ਤੱਤਾ ਤੱਤੀ ਤਵੀ ਤੇ ਬਹਿ ਕੇ ਆਪ ਠੰਡੇ ਰਹਿਣਾ ਇਹ ਬਹੁਤ ਵੱਡੀ ਭਗਤੀ ਸੀ ਆਖੋ ਸਤਿਗੁਰੂ ਤੱਤੀ ਤਵੀ ਤੇ ਬਹਿ ਕੇ ਆਪ ਠੰਡੇ ਰਹਿਣਾ ਇੱਥੇ ਹੀ ਬਸ ਨਹੀਂ ਅੱਜ ਤੱਕ ਠੰਡ ਵਰਤਾ ਰਹੀ ਹੈ ਉਹਨਾਂ ਦੀ ਸੋਚ ਉਹਨਾਂ ਦਾ ਗਿਆਨ ਉਹਨਾਂ ਦੀ ਕਿਰਪਾ ਅੱਜ ਤੱਕ ਠੰਡੀਆਂ ਛਬੀਲਾਂ ਲੱਗਦੀਆਂ ਨੇ ਆ ਛਬੀਲ ਤੋਂ ਮੈਨੂੰ ਬਚਨ ਚੇਤੇ ਆ ਗਿਆ ਪ੍ਰਬੰਧਕਾਂ ਨੇ ਸੁਨੇਹਾ ਘੱਲਿਆ ਭਾਈ ਜਿਨ੍ਹਾਂ ਨੇ ਠੰਡਾ ਪਾਣੀ ਪੀਣਾ ਕਹਿੰਦੇ ਉੱਥੇ ਜਾ ਕੇ ਛਕੋ ਇੱਥੇ ਸੰਗਤ ਵਿੱਚ ਨਾ ਫਿਰ ਗਾਗਰ ਦਾ ਭੰਗ ਹੁੰਦੀ ਹੈ ਥੋੜ੍ਹੀ ਜਿਹੀ ਸੰਗਤ ਜਿਨ੍ਹਾਂ ਨੂੰ ਪਿਆਸ ਲੱਗੇ ਉਹ ਦੋ ਚਾਰ ਮਿੰਟ ਜਾ ਕੇ ਛਬੀਲ ਤੇ ਉੱਥੇ ਖੜ ਕੇ ਪਾਣੀ ਪੀਣ ਦੀ ਕਿਰਪਾਲਤਾ ਕਰੋ ਅਸੀਂ ਛਬੀਲਾਂ ਕਿਉਂ ਲਾਉਂਦੇ ਹਾਂ ਅਸੀਂ ਅੱਜ ਤੱਕ ਇਹ ਦੁਨੀਆਂ ਨੂੰ ਗਿਆਨ ਵੰਡ ਰਹੇ ਹਾਂ ਆ ਸਮੇਂ ਦੀਆਂ ਸਰਕਾਰਾਂ ਸਾਨੂੰ ਅੱਤਵਾਦੀ ਕਹਿ ਕੇ ਭੰਡ ਜਾਂਦੀਆਂ ਸਮੇਂ ਦੀਆਂ ਸਰਕਾਰਾਂ ਪੱਖਵਾਦੀ ਕੋਈ ਗਰਮ ਖਿਆਲੀ ਓਏ ਕਮਲੇ ਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਠੰਡ ਵਰਤਾਈ ਉਹਨਾਂ ਨੇ ਸ਼ਾਂਤੀ ਵਰਤਾਈ ਅਸੀਂ ਅੱਜ ਤੱਕ ਛਬੀਲਾਂ ਠੰਡੀਆਂ ਤਾਂ ਲਾਉਂਦੇ ਹਾਂ ਅਸੀਂ ਦੱਸ ਰਹੇ ਹਾਂ ਅਸੀਂ ਠੰਡੇ ਵੀ ਬੜੇ ਹਾਂ ਅਸੀਂ ਮਿੱਠੇ ਵੀ ਬੜੇ ਹਾਂ ਆਖੋ ਸਤਿਨਾਮ ਸ੍ਰੀ ਵਾਹ ਅਸੀਂ ਮਿੱਠੇ ਵੀ ਹਾਂ ਅੰਦਰੋਂ ਠੰਡੇ ਵੀ ਹਾਂ ਅੱਤ ਦੀ ਗਰਮੀ ਵਿੱਚ ਛਬੀਲਾਂ ਲਾਉਂਦੇ ਹਾਂ ਅੱਤ ਦੀ ਠੰਡ ਵਿੱਚ ਗਰਮਾ ਗਰਮ ਚਾਹ ਵੀ ਪਲਾਉਂਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਹੁੰਦਾ ਗਰਮਾ ਗਰਮ ਪਕੌੜੇ ਕਿਉਂ ਖਵਾਉਂਦੇ ਹਾਂ ਦੁਨੀਆਂ ਨੂੰ ਨਿੱਘ ਮਿਲੇ ਗਰਮਾ ਗਰਮ ਚਾਹ ਤਾਂ ਪਿਲਾਉਂਦੇ ਹਾਂ ਅਸੀਂ ਦੁਨੀਆਂ ਨੂੰ ਨਿੱਘ ਦਈਏ ਨਹੀਂ ਸਾਡੇ ਦਿਮਾਗ ਨਹੀਂ ਹਿੱਲੇ ਅਸੀਂ ਪਾਗਲ ਨਹੀਂ ਕੋਈ ਇਹ ਸਾਡੇ ਗੁਰੂ ਦੀ ਸਿੱਖਿਆ ਸਾਡੇ ਗੁਰੂ ਦਾ ਗਿਆਨ ਮਹਾਰਾ ਤੱਤੀ ਤਵੀ ਤੇ ਬਹਿ ਕੇ ਠੰਡ ਵਰਤਾਈ ਸ਼ਾਂਤੀ ਵਰਤਾਈ ਤੇਰਾ ਕੀਆ ਮਿੱਠਾ ਲੱਗੇ ਪੜਿਓ ਫਿਰ ਮਹਾਰਾਜ ਨੂੰ ਤੱਤੀ ਤਵੀ ਤੇ ਕਿਉਂ ਬਹਿਣਾ ਪਿਆ ਸੁਣੇ ਹੁਣੇ ਇਤਿਹਾਸਕਾਰਾਂ ਨੇ ਕਈ ਕਾਰਨ ਲਿਖੇ ਨੇ ਗੁਰੂ ਮਹਾਰਾਜ ਦੀ ਸ਼ਹੀਦੀ 18 ਸਾਲ ਦੀ ਉਮਰ ਸੀ ਜਦੋਂ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਗਏ ਸੀ ਗੁਰੂ ਅਰਜਨ ਦੇਵ ਮਹਾਰਾਜ ਪ੍ਰਿਥੀ ਚੰਦ ਵਰਗੇ ਫੇਲ ਹੋ ਗਏ ਮਹਾਦੇਵ ਵਰਗੇ ਫੇਲ ਹੋ ਗਏ
ਮਾਂ ਪਿਓ ਦੀ ਆਗਿਆ ਵਿੱਚ ਨਹੀਂ ਖੜੇ, ਪ੍ਰਿਥੀ ਚੰਦ ਵਰਗੇ ਖਾਲੀ ਰਹਿ ਗਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਮਾਂ ਪਿਓ ਦੀ ਆਗਿਆ ਵਿੱਚ ਖੜੇ, ਫਿਰ ਬਾਣੀ ਦੇ ਬਚਨ ਨੇ, ਤਖਤ ਉੱਪਰ ਸੋਭ ਹੈ ਜੇ ਤਖਤ ਲਾਇਕ ਹੋਈ। ਇੱਥੇ ਜਣਾ ਖਣਾ ਕਹਿੰਦਾ ਮੈਨੂੰ ਚੌਧਰ ਦੇ ਦਿਓ, ਮੈਨੂੰ ਲਾਣੇਦਾਰ ਬਣਾ ਦਿਓ। ਪਹਿਲਾਂ ਲਾਣੇਦਾਰ ਦੇ ਯੋਗ ਤੇ ਬਣ ਜਾ, ਆਖੋ ਸਤਨਾਮ। ਮਨ ਵਿੱਚ ਪ੍ਰੇਮ ਤੇ ਹੈ ਨਹੀਂ, ਧੱਕੇ ਨਾਲੇ ਲਾਣੇਦਾਰੀਆਂ ਪਾਲਦੇ, ਧੱਕੇ ਨਾਲ ਚੌਧਰਾਂ, ਧੱਕੇ ਨਾਲੇ ਮੈਨੂੰ ਪ੍ਰਧਾਨ ਬਣਾਓ। ਜੇ ਨਾ ਬਣਾਇਆ ਫਿਰ ਕਹਿੰਦਾ ਮੈਂ ਮੱਥਾ ਟੇਕਣੇ ਨਹੀਂ ਆਉਂਦਾ, ਆਖੋ ਸਤਨਾਮ। ਫਿਰ ਨਹੀਂ ਆਉਣਾ ਵੀ ਨਾ, ਫਿਰ ਲੈਣਾ ਕੀ ਹੈ। ਇਹਦੇ ਕਿਰਪਾ ਦੇ ਦਾਤੇ ਨੇ ਮਹਾਰਾਜ। ਇੱਥੇ ਜਿਹੜਾ ਮਨ ਨੀਵਾ ਕਰਕੇ ਆਉਂਦਾ ਉਹਦੀਆਂ ਜੈ ਜੈਕਾਰਾਂ ਨੇ। ਇੱਥੇ ਪ੍ਰਿਥੀ ਚੰਦ ਮਹਾਰਾਜ ਦੇ ਸਪੁੱਤਰ ਸੀ, ਦੁਨਿਆਵੀ ਨਾਤਾ ਪੁੱਤਰ ਸੀ ਪ੍ਰਿਥੀ ਚੰਦ ਵਰਗੇ। ਜੇ ਪ੍ਰਿਥੀ ਚੰਦ ਵਰਗੇ ਖਾਲੀ ਰਹਿ ਸਕਦੇ ਨੇ ਵੀ, ਆਪਾਂ ਕਿਹਦੇ ਵਿਚਾਰੇ ਆ, ਆਪਾਂ ਕਿਹੜੇ ਬਾਗ ਦੀ ਮੂਲੀ ਆ। ਇੱਥੇ ਜਿਹੜਾ ਮਨ ਨੀਵਾ ਕਰਕੇ ਆਵੇ ਉਹਦੇ ਉੱਤੇ ਕਿਰਪਾ ਦਾ ਮੀਂਹ ਪੈਂਦਾ, ਆਖੋ ਸਤਨਾਮ। ਉਹ ਵੇਲਾ ਯਾਦ ਕਰਿਓ ਜਿਹੜਾ ਜਹਾਂਗੀਰ ਬਾਦਸ਼ਾਹ ਸੀ ਨਾ, ਜਹਾਂਗੀਰ ਬਾਦਸ਼ਾਹ, ਉਹਨੇ ਆਪਣੀ ਸਵੈ ਜੀਵਨੀ ਲਿਖੀ ਆ। ਉਹਨੇ ਆਪਣੀ ਸਵੈ ਜੀਵਨੀ ਵਿੱਚ ਲਿਖੀ ਆ ਨਾ ਜਿਹੜੀ ਕਹਾਣੀ, ਉਹ ਕਹਿੰਦਾ ਮੈਨੂੰ ਝੱਲੀ ਨਹੀਂ ਸੀ ਜਾਂਦੀ ਜੈ ਜੈਕਾਰ ਗੁਰੂ ਨਾਨਕ ਦੇ ਘਰ ਦੀ। ਜਹਾਂਗੀਰ ਬਾਦਸ਼ਾਹ ਅੰਦਰੋਂ ਅੰਦਰ ਹੀ ਖਾਰ ਖਾਂਦਾ ਸੀ, ਉਹ ਕਹਿੰਦਾ ਸੀ ਇਹ ਦਰ ਬੰਦ ਹੋਣਾ ਚਾਹੀਦਾ। ਸਾਈਂ ਮੀਆਂ ਮੀਰ ਵਰਗੇ ਲੱਖਾਂ ਮੁਸਲਮਾਨ ਇਹਨਾਂ ਦੇ ਮਰੀਦ ਹੋ ਗਏ, ਇਹਨਾਂ ਦੇ ਚੇਲੇ ਹੋ ਗਏ, ਲੱਖਾਂ ਹਿੰਦੂ ਇਹਨਾਂ ਦੇ ਸੇਵਕ ਬਣ ਗਏ, ਇਹਨਾਂ ਦੀ ਜੈ ਜੈਕਾਰ ਦੂਣੀ ਚੌਣੀ ਹੋ ਰਹੀ ਆ। ਜਹਾਂਗੀਰ ਬਾਦਸ਼ਾਹ ਚਾਹੁੰਦਾ ਸੀ ਇਹ ਦਰ ਬੰਦ ਹੋਣਾ ਚਾਹੀਦਾ, ਅੰਦਰੋਂ ਖਾਰ ਖਾਂਦਾ ਸੀ। ਤੁੱਛ ਕੇ ਜਹਾਂਗੀਰੀ ਉਹਨੇ ਪੁਸਤਕ ਲਿਖੀ ਆ, ਉਹਦੇ ਵਿੱਚ ਲਿਖਿਆ ਉਹ ਚਾਹੁੰਦਾ ਸੀ ਇਹ ਦਰ ਬੰਦ ਹੋਣਾ ਚਾਹੀਦਾ, ਇਹ ਜੈ ਜੈਕਾਰਾ ਮੈਂ ਝੱਲ ਨਹੀਂ ਸਕਦਾ। ਇੱਕ ਖੁਸਰੋ ਹੋਇਆ ਸਹਿਜਾਦਾ, ਉਹ ਬਾਗੀ ਬਣ ਗਿਆ ਸੀ, ਉਹ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਪ੍ਰਸ਼ਾਦਾ ਛਕਿਆ। ਚੁਗਲਖੋਰਾਂ ਨੇ ਜਾ ਕੇ ਚੁਗਲੀ ਕੀਤੀ, ਕਹਿੰਦੇ ਬਾਦਸ਼ਾਹ ਸਲਾਮਤ, ਸਹਿਜਾਦਾ ਖੁਸਰੋ ਬਾਗੀ ਹੋ ਗਿਆ। ਉਹ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇ ਮਹਾਰਾਜ ਦੇ ਦਰਬਾਰ ਵਿੱਚ ਪ੍ਰਸ਼ਾਦਾ ਛਕਿਆ, ਇਹਨਾਂ ਨੇ ਪਨਾਹ ਦਿੱਤੀ ਆ ਉਹਨੂੰ, ਇਹ ਵੀ ਕਾਰਨ ਮੰਨਿਆ। ਪਰ ਸਾਰਿਆਂ ਤੋਂ ਵੱਡਾ ਜਿਹੜਾ ਕਾਰਨ ਬਣਿਆ, ਜਿਹੜਾ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਸੀ ਚੰਦੂ, ਉਹਦੀ ਲੜਕੀ ਦਾ ਨਾਤਾ ਪੱਕਾ ਕਰਨਾ ਸੀ। ਆ ਸੁਣਿਓ, ਪੁਰਾਣੇ ਸਮਿਆਂ ਵਿੱਚ ਜਿਹੜੇ ਵਿਦਵਾਨ ਲੋਕ ਸਨ, ਜਿਹੜੇ ਪੰਡਿਤ ਲੋਕ ਸਨ, ਉਹ ਨਾਤੇ ਪੱਕੇ ਕਰਦੇ ਹੁੰਦੇ ਸੀ, ਕਿਉਂਕਿ ਕਹਿੰਦੇ ਸੀ ਵੀ ਤੁਸੀਂ ਘੁੰਮਦੇ ਫਿਰਦੇ ਰਹਿੰਦੇ ਹੋ, ਤੁਹਾਨੂੰ ਪਤਾ ਕਿਹੜਾ ਘਰਾਣਾ ਕਿੱਦਾਂ ਦਾ, ਕਿਹੜਾ ਘਰ ਬਾਰ ਕਿੱਦਾਂ ਦਾ। ਹੁਣ ਕਈ ਮੈਨੂੰ ਵੀ ਕਹਿਣਗੇ ਬਾਬਾ ਜੀ ਕੋਈ ਮੁੰਡਾ ਦੱਸਿਓ ਕੋਈ ਇੱਦਾਂ, ਮੈਂ ਕਿਹਾ ਨਾ, ਆਪਾਂ ਇਹ ਕੰਮਾਂ ਵਿੱਚ ਨਹੀਂ ਪਏ, ਮੈਂ ਕਿਹਾ ਸਾਥੋਂ ਤੇ ਕੀਰਤਨ ਕਰਾ ਲਓ, ਆਹੀ ਭਗਤੀ। ਤੇ ਕਈ ਕਹਿਣਗੇ ਬਾਬਾ ਜੀ ਫਿਰ ਕੀ ਹੁੰਦਾ, ਦੋ ਘਰ ਵਸ ਜਾਣਗੇ ਫਿਰ ਕੀ ਹੁੰਦਾ, ਦਸ ਪਾ ਦਿਆ ਕਰੋ।
ਮੈਂ ਕਿਹਾ ਤਾਂ ਨਹੀਂ ਅਸੀਂ ਪੰਗਾ ਲੈਂਦੇ, ਲੋਕਾਂ ਦੇ ਓਹਲੇ ਬਹੁਤੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। 5 ਕਿੱਲੇ ਜ਼ਮੀਨ ਦੇ ਹੁੰਦੇ ਨੇ, 15 ਕਹਿ ਕੇ ਅਗਲੇ ਸਾਖਰ ਆ ਜਾਂਦੇ ਨੇ ਫਿਰ ਫਿਰ। ਇਸੇ ਕਰਕੇ ਜਿਹੜਾ ਵਿਚੋਲਾ ਸ਼ਬਦ ਆ ਇਹ ਵਿੱਚ ਓਹਲਾ, ਵਿਚੋਲਾ ਵਿੱਚ ਓਹਲਾ, ਪਰ ਜਿਹੜੇ ਸੱਚੇ ਹੋਣ ਨਾ, ਜੇ 5 ਕਿੱਲੇ ਨੇ 5 ਕਿੱਲੇ ਕਹਿ ਕੇ ਸਾਖ ਕਰਾਉਂਦੇ ਨੇ, ਉਹ ਨਹੀਂ ਵਾਧਾ ਘਾਟਾ ਕਰਦੇ। ਜਿਹੜੇ ਝੂਠੇ ਹੋਣ 5 ਦੇ 15 ਕਹਿ ਕੇ ਸਾਖ ਕਰਾ ਜਾਣ, ਮੁੜ ਕੇ ਸਾਹਮਣੇ ਨਹੀਂ ਆਉਂਦੇ ਫਿਰ ਅਗਲੇ, ਪਰ ਜਿਹੜੇ ਸੱਚੇ ਹੋਣ ਉਹਨਾਂ ਨੂੰ ਸਾਰੀ ਜ਼ਿੰਦਗੀ ਅੰਕਲ ਜੀ ਕਰਦੇ ਫਿਰਦੇ ਹੁੰਦੇ ਉਹ, ਆਖੋ ਸਤਨਾਮ ਸੱਚਿਆਂ ਦਾ ਬੋਲਿਆ ਕਰ। ਜਿਹੜੇ ਸੱਚੇ ਹੋਣ ਉਹਨਾਂ ਨੂੰ ਸਾਰੀ ਜ਼ਿੰਦਗੀ ਅੰਕਲ ਜੀ ਕਰਦੇ ਫਿਰਦੇ ਹੁੰਦੇ, ਝੂਠਿਆਂ ਨੂੰ ਤੁਸੀਂ ਮੁੜ ਕੇ ਵੰਡ ਵੀ ਨਹੀਂ ਦਿੰਦੇ। ਜਿਹੜੇ ਸੱਚੇ ਵਿਚੋਲੇ ਨੇ ਉਹ ਤੇ ਬਿਰਲੇ ਨੇ, ਬਾਬਾ ਗੱਜਣ ਸ਼ਾਹ ਜੀ ਵਰਗੇ ਜਿਹੜੇ ਦਰਗਾਹ ਤੱਕ ਸਾਂਝ ਪਵਾ ਜਾਣ। ਜੇ ਮਿਲੇ ਵਿਚੋਲਾ ਪੂਰਾ ਦਰਸ਼ਨ ਹੋ ਜਾਂਦਾ, 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 ਵਿਚੋਲਾ ਪੂਰਾ ਦਰਸ਼ਨ ਹੋ ਜਾਂਦਾ, ਮਿਲੇ 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 ਵਿਚੋਲਾ ਪੂਰਾ, ਮਿਲੇ ਵਿਚੋਲਾ ਪੂਰਾ, ਮਿਲੇ ਵਿਚੋਲਾ ਪੂਰਾ, ਮਿਲੇ ਵਿਚੋਲਾ ਪੂਰਾ, ਵਿਚੋਲਾ ਪੂਰਾ, ਜੇ ਮਿਲੇ ਵਿਚੋਲਾ ਪੂਰਾ, ਵਿਚੋਲਾ ਪੂਰਾ ਦਰਸ਼ਨ, ਜੇ ਮਿਲੇ ਵਿਚੋਲਾ ਪੂਰਾ ਦਰਸ਼ਨ ਹੋ ਜਾਂਦਾ, ਮਿਲੇ ਵਿਚੋਲਾ ਪੂਰਾ ਦਰਸ਼ਨ ਹੋ ਜਾਂਦਾ, ਜੇ ਮਿਲੇ ਵਿਚੋਲਾ ਪੂਰਾ ਦਰਸ਼ਨ ਹੋ ਜਾਂਦਾ, ਮਿਲੇ ਵਿਚੋਲਾ ਹੋ ਜਾਂਦਾ, ਜੇ ਮਿਲੇ ਵਿਚੋਲਾ ਪੂਰਾ ਦਰਸ਼ਨ ਹੋ ਜਾਂਦਾ, ਵਿਚੋਲਾ ਮਿਲੇ ਪੂਰਾ, ਵਿਚੋਲਾ ਮਿਲੇ ਸੱਚਾ। ਇਹ ਬਿਰਲਿਆਂ ਦੇ ਹਿੱਸੇ ਆਉਂਦੀਆਂ ਨੇ ਗੱਲਾਂ। ਉਹਨਾਂ ਸਮਿਆਂ ਵਿੱਚ ਪੰਡਿਤ ਲੋਕ, ਵਿਦਵਾਨ ਲੋਕ ਨਾਤੇ ਪੱਕੇ ਕਰਦੇ ਹੁੰਦੇ ਸੀ, ਖਾਨਦਾਨ ਵੇਖ ਕੇ ਪਰਖ ਕੇ ਵਿਚਾਰ ਕੇ ਚੰਦੂ ਦੀ ਲੜਕੀ ਦਾ ਨਾਤਾ ਲੱਭਦੇ ਫਿਰਦੇ ਨੇ ਪੰਡਿਤ ਲੋਕ, ਲੱਭਦੇ ਲੱਭਦੇ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਦੀ ਮਹਿਮਾ ਵੇਖੀ। ਇੰਨੇ ਲੋਕੀ ਮਨ ਨੀਵਾਂ ਕਰਕੇ ਆਉਂਦੇ, ਇੰਨੇ ਲੋਕੀ ਹੱਥ ਜੋੜ ਕੇ ਖੜੇ, ਇੰਨੀ ਮਾਇਆ ਮੱਥਾ ਟੇਕ ਜਾਂਦੇ ਨੇ, ਇੰਨੀਆਂ ਜੈ ਜੈਕਾਰਾਂ, ਇੰਨੀਆਂ ਭਿਟਾਵਾਂ, ਜੈ ਜੈਕਾਰ ਵੇਖੀ ਗੁਰੂ ਨਾਨਕ ਦੇ ਘਰ ਦੀ। ਪੰਡਤਾਂ ਨੇ ਹੱਥ ਜੋੜੇ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿੰਦੇ ਮਹਾਰਾਜ ਚੰਦੂ ਦੀ ਲੜਕੀ ਦਾ ਨਾਤਾ ਲੈ ਕੇ ਆਏ ਆ, ਮਹਾਰਾਜ ਚੰਦੂ ਦੀ ਲੜਕੀ ਦਾ ਨਾਤਾ ਤੁਹਾਡੇ ਸਾਹਿਬਜ਼ਾਦੇ ਨੂੰ ਹਰਗੋਬਿੰਦ ਸਾਹਿਬ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਬਚਨ ਕਿਹਾ, ਕਹਿੰਦੇ ਪੰਡਤੋ ਸਾਕ ਤੇ ਕਰਨ ਆ ਗਏ ਹੋ, ਨਾਤਾ ਪੱਕਾ ਕਰਨ ਆ ਗਏ ਹੋ, ਪਰ ਇੱਕ ਗੱਲ ਯਾਦ ਰੱਖਿਓ। ਕਿਹੜੀ? ਮਹਾਰਾਜ ਕਹਿੰਦੇ ਇਹ ਫਕੀਰਾਂ ਦਾ ਦਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਮਨ ਨੀਵਾਂ ਕਰਕੇ ਜਿਹੜਾ ਮਰਜ਼ੀ ਆਵੇ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਵਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਮਹਾਰਾਜ ਕਹਿੰਦੇ ਮਨ ਨੀਵਾਂ ਕਰਕੇ ਜਿਹੜਾ ਮਰਜ਼ੀ ਆਵੇ, ਇਹ ਦਰ ਫਕੀਰਾਂ ਦਾ। ਇੱਥੇ ਵੀ ਬਾਬਾ ਜੀ ਦਾ ਤਪ ਸਥਾਨ ਬਣਿਆ, ਮਾਤਾ ਜੀ ਦਾ ਸਥਾਨ ਬਣਿਆ ਹੋਇਆ। ਮਨ ਨੀਵਾਂ ਕਰਕੇ ਜਿਹੜਾ ਮਰਜ਼ੀ ਆ ਜੇ, ਵੱਡੇ ਵੱਡੇ ਰਾਜੇ ਮਹਾਰਾਜੇ ਆਉਂਦੇ ਨੇ। ਇਹ ਦਰ ਫਕੀਰਾਂ ਦਾ, ਇੱਥੇ ਮੰਗਣ ਆਉਂਦੇ ਰਾਜੇ, 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 ਦਰ ਫਕੀਰਾਂ ਦਾ, ਇੱਥੇ ਮੰਗਣ ਆਉਂਦੇ ਰਾਜੇ, ਦਰ ਫਕੀਰਾਂ ਦਾ, ਇਹ ਦਰ ਫਕੀਰਾਂ ਦਾ, ਇੱਥੇ ਮੰਗਣ ਆਉਂਦੇ ਰਾਜੇ, ਇਹ ਦਰ ਫਕੀਰਾਂ ਦਾ, ਮੰਗਣ ਆਉਂਦੇ ਰਾਜੇ, ਇਹ ਦਰ ਫਕੀਰਾਂ ਦਾ, ਇੱਥੇ ਮੰਗਣ ਆਉਂਦੇ ਰਾਜੇ, ਇਹ ਦਰ ਫਕੀਰਾਂ ਦਾ, ਇੱਥੇ ਮੰਗਣ ਆਉਂਦੇ ਰਾਜੇ, ਇਸ ਦਰ ਤੇ ਕੁੱਕਰ ਦੀ, ਇਸ ਦਰ ਤੇ ਕੁੱਕਰ ਦੀ, ਇਸ ਦਰ ਤੇ ਕੁੱਕਰ ਵੀ, 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 ਦਾਤੇ ਤਖਤਾਂ ਨਾਲ ਨਿਵਾਜੇ, ਇਸ ਦਰ ਤੇ ਕੁੱਕਰ ਵੀ, ਦਾਤੇ ਤਖਤਾਂ ਨਾਲ ਨਿਵਾਜੇ, ਇਸ ਦਰ ਤੇ ਕੁੱਕਰ ਵੀ, ਦਾਤੇ ਤਖਤਾਂ ਨਾਲ ਨਿਵਾਜੇ, ਇਸ ਦਰ ਤੇ ਕੁੱਕਰ ਵੀ, ਦਾਤੇ ਤਖਤਾਂ ਨਾਲ ਨਿਵਾਜੇ, ਇਸ ਦਰ ਤੇ ਕੁੱਕਰ ਵੀ, ਦਾਤੇ ਤਖਤਾਂ ਨਾਲ ਨਿਵਾਜੇ, ਇਸ ਦਰ ਤੇ ਕੁੱਕਰ ਵੀ, ਦਾਤੇ ਤਖਤਾਂ ਨਾਲ ਨਿਵਾਜੇ, ਇੱਥੇ ਮੰਗਣ ਆਉਂਦੇ ਰਾਜੇ, ਮੰਗਣ ਆਉਂਦੇ ਰਾਜੇ, ਇੱਥੇ ਮੰਗਣ ਆਉਂਦੇ ਰਾਜੇ, ਇੱਥੇ
ਇੱਥੇ ਮੰਗਣ ਆਉਂਦੇ ਰਾਜੇ, ਇੱਥੇ ਮੰਗਣ ਆਉਂਦੇ ਰਾਜੇ, ਇੱਥੇ ਮੰਗਣ ਆਉਂਦੇ ਰਾਜੇ, ਇੱਥੇ ਮੰਗਣ ਆਉਂਦੇ ਰਾਜੇ। ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ, 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 ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਾ ਬਚਨ ਕਹਿੰਦੇ, ਪੰਡਤੋਂ ਨਾਤਾ ਕਰਨ ਤੇ ਆ ਗਏ ਹੋ, ਯਾਦ ਰੱਖਿਓ ਇਹ ਫਕੀਰਾਂ ਦਾ ਦਾਦਾ, ਇੱਥੇ ਮਨ ਨੀਵਾ ਕਰਕੇ ਜਿਹੜਾ ਮਰਜ਼ੀ ਆਵੇ ਉਹਦੀਆਂ ਜੈ ਜੈਕਾਰ, ਜਿਹੜਾ ਮਾਣ ਕਰਕੇ ਆਉਂਦਾ ਨਾ ਵੀ ਮੇਰੇ ਵਰਗਾ ਨਹੀਂ ਹੋਣਾ ਕੋਈ, ਇਹ ਮਾਣ ਦੀਆਂ ਪੰਡਾਂ ਨੇ ਬੜੇ ਲੋਕੀ ਚੁੱਕੀ ਫਿਰਦੇ ਨੇ, ਮੇਰੇ ਵਰਗੇ, ਮੇਰੇ ਵਰਗਾ ਕੀਰਤਨ ਕਰ ਸਕਦਾ ਕੋਈ, ਢਾਡੀ ਕਹਿੰਦਾ ਮੇਰੇ ਵਰਗੀ ਵਾਰ ਗਾ ਸਕਦਾ ਕੋਈ, ਨਹੀਂ ਨਹੀਂ, ਬੜੇ ਲੋਕੀ ਨੇ ਜਿਹੜੇ ਕਹਿਣਗੇ ਮੇਰੇ ਬਿਨਾ ਖੰਡ ਪਾਠ ਕਰਾ ਕੇ ਵੇਖਿਓ, ਮੇਰੇ ਬਿਨਾ ਦੀਵਾਨ ਲੱਗਣੇ ਨਹੀਂ, ਨਹੀਂ ਨਹੀਂ, ਇਹ ਸਾਡਾ ਭਰਮ ਹੈ। ਇਹ ਨਹੀਂ ਪਤਾ ਮਹਾਰਾਜ ਕਿਹਨੂੰ ਪ੍ਰਧਾਨ ਬਣਾ ਕੇ ਵੱਧ ਕੇ ਸੇਵਾ ਲੈ ਲੈਣ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਹਨੂੰ ਰਾਗੀ ਬਣਾ ਲੈਣ, ਕਿਹਨੂੰ ਹੈੱਡ ਗ੍ਰੰਥੀ, ਕਿਹਨੂੰ ਸੇਵਾਦਾਰ, ਇਹ ਕਿਰਪਾ ਦੇ ਦਾਤੇ ਨੇ। ਇਸੇ ਕਰਕੇ ਭਾਗਾਂ ਵਾਲੇ ਉਹਨੇ ਜਿਹੜੇ ਮਨ ਨੀਵਾ ਕਰਕੇ ਕਹਿਣ ਬਾਬਾ ਜੀ ਮੈਂ ਕਾਹਦਾ ਪ੍ਰਧਾਨ ਆ, ਮੈਂ ਤੇ ਸੇਵਾਦਾਰ, ਰਾੜਾ ਸਾਹਿਬ ਲਾਗੇ ਕਟਾਰੀ ਪਿੰਡ ਪੈਂਦਾ, ਮੈਂ ਉੱਥੇ ਕੀਰਤਨ ਕਰਨ ਗਿਆ। ਉਹ ਕਹਿੰਦੇ ਬਾਬਾ ਜੀ ਸਾਡੇ ਬਾਪੂ ਜੀ 20 ਸਾਲ ਪ੍ਰਧਾਨ ਰਹੇ ਗੁਰੂ ਘਰ ਦੇ, 20 ਸਾਲ ਪਹਿਲਾਂ ਫੌਜ ਵਿੱਚੋਂ ਰਿਟਾਇਰਮੈਂਟ ਹੋ ਕੇ ਆਏ, ਕਹਿੰਦੇ ਸੰਮਤੀ ਨਾਲ ਸਰਪੰਚ ਬਣੇ, ਕਈ ਸਾਲ ਸਰਪੰਚ ਬਣੇ ਰਹੇ, ਫਿਰ ਕਹਿੰਦੇ ਸੰਮਤੀ ਨਾਲ ਪ੍ਰਧਾਨ ਬਣ ਗਏ। ਮੈਂ ਕਿਹਾ ਵੱਡੇ ਵੱਡੇ ਅਹੁਦੇ ਨੇ, ਜਿਹਨੂੰ ਸੰਗਤ ਮਾਣ ਦੇਵੇ, ਇੱਥੇ 3 ਮਹੀਨੇ ਕਹਿਣਗੇ ਲਾ ਦਿਓ ਪ੍ਰਧਾਨਗੀ ਤੋਂ, ਕਿਉਂ ਜੀ ਇਹਨੂੰ ਸੰਗਤ ਵਿੱਚ ਬੋਲਣ ਦਾ ਨਹੀਂ ਪਤਾ, ਆਖੋ ਸਤਿਨਾਮ ਸ੍ਰੀ ਵਾਹਿਗੁਰੂ, ਵੀ ਇੱਥੇ ਕਹਿਣੀ ਕੀ ਆ, ਰਹਿਣੀ ਕੀ ਆ, ਬਹਿਣੀ ਕੀ ਆ। ਭਾਗਾਂ ਵਾਲਾ ਜਿਹੜਾ ਮਨ ਨੀਵਾ ਕਰਕੇ ਕਹਿੰਦਾ ਮੈਂ ਤੇ ਸੇਵਾਦਾਰ, ਉਹ ਕਹਿੰਦੇ ਬਾਬਾ ਜੀ 20 ਸਾਲ ਪ੍ਰਧਾਨ ਰਹੇ, ਹੁਣ ਕਹਿੰਦੇ ਐਂਡ ਵੇਲੇ ਬਿਮਾਰ ਹੋ ਗਏ, ਕਹਿੰਦੇ ਭਾਈ ਮੈਨੂੰ ਛੁੱਟੀ ਦੇ ਦਿਓ, ਹੁਣ ਮੈਨੂੰ ਪ੍ਰਧਾਨ ਨਾ ਬਣਾਓ, ਕੋਈ ਹੋਰ ਬਣ ਜਾਓ। ਕਹਿੰਦੇ ਬਾਬਾ ਜੀ ਜਦੋਂ ਸਵੇਰੇ ਨਿਤਨੇਮ ਦਾ ਭੋਗ ਪਿਆ ਨਾ, ਸਾਰੀ ਸੰਗਤ ਘਰੀ ਆ ਗਈ, ਘਰੀ ਆ ਕੇ ਕਹਿੰਦੇ ਪ੍ਰਧਾਨ ਜੀ ਭਾਵੇਂ ਔਖੇ ਹੋ ਭਾਵੇਂ ਸੌਖੇ ਹੋ, ਜਿੰਨਾ ਚਿਰ ਸਰੀਰ ਕਰਕੇ ਬੈਠੇ ਹੋ ਤੁਸੀਂ ਪ੍ਰਧਾਨ ਰਹੋਗੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਹਿੰਦੇ ਨੇ ਸੰਗਤ ਦਾ ਮਾਣ ਵੀ ਤੁਸੀਂ ਰਹੋਗੇ ਜਿੰਨਾ ਚਿਰ ਸਰੀਰ ਕਰਕੇ ਬੈਠੇ ਹੋ, ਭਾਵੇਂ 7ਵੇਂ ਦਿਨ ਆਇਓ, ਭਾਵੇਂ 20ਵੇਂ ਦਿਨ ਆਇਓ, ਭਾਵੇਂ 1 ਮਹੀਨੇ ਬਾਅਦ ਆਇਓ, ਪ੍ਰਧਾਨ ਤੁਸੀਂ ਰਹੋ। ਜਿਹੜਾ ਮਨ ਨੀਵਾ ਕਰਕੇ ਸੇਵਾਦਾਰ ਬਣ ਕੇ ਬਹਿੰਦਾ ਉਹਨੂੰ ਘਾਟਾ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਾਮੀ ਭਰੀ ਜਦੋਂ ਪੰਡਤਾਂ ਨੇ ਕਿਹਾ ਮਹਾਰਾਜ ਚੰਦੂ ਦੀ ਲੜਕੀ ਦਾ ਨਾਤਾ ਲੈ ਕੇ ਆਇਆ, ਮਹਾਰਾਜ ਪ੍ਰਵਾਨ ਕਰ ਲਓ, ਮਹਾਰਾਜ ਨੇ ਹਾਮੀ ਭਰੀ। ਇੱਥੇ ਇਹ ਵੀ ਨੋਟ ਕਰਿਓ
ਚੰਦੂ ਦੀ ਸਾਂਝ ਪੈਣ ਲੱਗੀ ਸੀ ਗੁਰੂ ਨਾਨਕ ਦੇ ਘਰ ਨਾਲ, ਉਹਨੇ ਕੁੜਮ ਬਣਨਾ ਸੀ, ਕੁੜਮ ਗੁਰੂ ਅਰਜਨ ਦੇਵ ਮਹਾਰਾਜ ਦਾ, ਤੇ ਗੁਰੂ ਹਰਗੋਬਿੰਦ ਮਹਾਰਾਜ ਦਾ ਸਹੁਰਾ, ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਨਾਨਾ, ਕਲਗੀਧਰ ਪਿਤਾ ਦਾ ਪੜਨਾਨਾ, ਸਾਹਿਬਜ਼ਾਦਿਆਂ ਤੱਕ ਕਿੱਥੋਂ ਤੱਕ ਉਹਦੀ ਸਾਂਝ ਪੈਣੀ ਸੀ ਉਹਦੀ ਕੁੱਲ ਦੀ, ਪਰ ਵਿੱਚ ਮਾਣ ਆ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਜਾ ਕੇ ਚੰਦੂ ਨੂੰ ਵਧਾਈਆਂ ਦਿੱਤੀਆਂ ਪੰਡਤਾਂ ਨੇ, ਤੁਹਾਡੀ ਲੜਕੀ ਦਾ ਨਾਤਾ ਪੱਕਾ ਕਰਿਆ ਹੈ, ਕਹਿੰਦਾ ਕਿਹੜਾ ਖਾਨਦਾਨ, ਕਿਹੜਾ ਘਰਾਣਾ, ਕਿਹੜਾ ਸ਼ਹਿਰ। ਜਦੋਂ ਦੱਸਿਆ ਵੀ ਗੁਰੂ ਨਾਨਕ ਦਾ ਘਰ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੇ ਸਾਹਿਬਜ਼ਾਦੇ ਹਰਗੋਬਿੰਦ ਜੀ ਨੂੰ ਅਸੀਂ ਨਾਤਾ ਪੱਕਾ ਕਰਕੇ ਆਏ। ਚੰਦੂ ਦੇ ਮਨ ਵਿੱਚ ਮਾਣ, ਕਹਿੰਦਾ ਪੰਡਤੋ ਨਾਤਾ ਤੇ ਪੱਕਾ ਕਰਿਆ ਏ, ਪਰ ਤੁਸੀਂ ਚਵਾਰੇ ਦੀ ਇੱਟ ਮੋਰੀ ਨੂੰ ਲਾ ਕੇ ਆ ਗਏ। ਆਖੋ ਸਤਨਾਮ, ਆਪਣੇ ਆਪ ਨੂੰ ਚਵਾਰਾ ਗਿਣਦਾ, ਮੈਂ ਜਹਾਂਗੀਰ ਦਾ ਦੀਵਾਨ, ਉਹ ਫਕੀਰਾਂ ਦਾ ਘਰ, ਆਪਣੇ ਆਪ ਨੂੰ ਵੱਡਾ ਗਿਣਿਆ। ਦਿੱਲੀ ਦੀਆਂ ਸੰਗਤਾਂ ਨੇ ਸੁਣਿਆ, ਉਹਨਾਂ ਨੇ ਚਿੱਠੀ ਲਿਖੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ। ਕੀ ਲਿਖਿਆ? ਮਹਾਰਾਜ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਲੈਣਾ, ਇਹਦੇ ਮਨ ਵਿੱਚ ਮਾਣ ਆ, ਆਪਣੇ ਆਪ ਨੂੰ ਵੱਡਾ ਕਹਿੰਦਾ, ਆਪਣੇ ਆਪ ਨੂੰ ਚਵਾਰਾ ਕਹਿੰਦਾ, ਤੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਦੀ ਨਿਆਈ ਕਹਿੰਦਾ। ਮਹਾਰਾਜ, ਇਹਦੀ ਲੜਕੀ ਦਾ ਨਾਤਾ ਨਹੀਂ ਲੈਣਾ, ਜਵਾਬ ਦੇ ਦਿਓ ਮਹਾਰਾਜ। ਇਹਨੂੰ ਕਹਿ ਦਿਓ ਆਪਣੇ ਬਰਾਬਰ ਦਾ ਲੱਭ ਲਵੇ। ਆਖੋ ਸਤਨਾ ਸ੍ਰੀ ਵਾਹਿ। ਆ ਢਾਡੀ ਸਿੰਘ ਬਾਰਾਂ ਵਿੱਚ ਗਾਉਂਦੇ ਹੁੰਦੇ ਸੀ, ਨਿੱਕੇ ਹੁੰਦੇ ਸੁਣਦੇ ਰਹੇ ਆ। ਕੀ ਗਿਆ? ਚੰਦੂ ਦੀ ਲੜਕੀ ਦਾ ਹੈ ਮਹਾਰਾਜ, ਇਹਦੇ ਮਨ ਵਿੱਚ ਮਾਣ ਆ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਲੈਣਾ। ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ, ਚੰਦੂ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ। ਇਹ ਮਾਣ ਦਾ ਭਰਿਆ ਏ, 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 ਮਾਣ ਦਾ ਭਰਿਆ ਏ, ਮੰਨਿਓ ਤੁਸੀਂ ਸੰਗਤ ਦਾ ਮਾਣ ਦਾ ਭਰਿਆ ਏ, ਮੰਨਿਓ ਤੁਸੀਂ ਸੰਗਤ ਦਾ ਮਾਣ ਦਾ ਭਰਿਆ ਏ, ਮੰਨਿਓ ਤੁਸੀਂ ਸੰਗਤ ਦਾ ਕਹਿਣਾ, ਇਹ ਮਾਣ ਦਾ ਭਰਿਆ ਏ, ਮੰਨਿਓ ਤੁਸੀਂ ਸੰਗਤ ਦਾ ਕਹਿਣਾ, ਇਹ ਮਾਣ ਦਾ ਭਰਿਆ ਏ,
ਮੰਨਿਓ ਤੁਸੀਂ ਸੰਗਤ ਦਾ ਕਹਿਣਾ ਇਹ ਮਾਣ ਦਾ ਭਰਿਆ ਏ ਮੰਨਿਓ ਤੁਸੀਂ ਸੰਗਤ ਦਾ ਕਹਿਣਾ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਨੇ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਨੇ ਚੰਦੋ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ ਚੰਦੋ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ ਚੰਦੋ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ ਚੰਦੋ ਦੀ ਲੜਕੀ ਦਾ ਨਾਤਾ ਨਹੀਂ ਗੁਰੂ ਜੀ ਲੈਣਾ ਦੀਆਂ ਸੰਗਤਾਂ ਨੇ ਚਿੱਠੀ ਲਿਖੀ ਮਹਾਰਾਜ ਇਹਦੇ ਮਨ ਵਿੱਚ ਮਾਣ ਆ ਇਹਦੀ ਲੜਕੀ ਦਾ ਨਾਤਾ ਨਹੀਂ ਲੈਣਾ ਮਹਾਰਾਜ ਦੀ ਬਾਣੀ ਦਾ ਫੈਸਲਾ ਕੀ ਆ ਵਿੱਚ ਸੰਗਤ ਹਰ ਪ੍ਰਭ ਵਸੈ ਵਸੈ ਜੀ ਉਹ ਸੰਗਤ ਦਾ ਗਿਆ ਨਹੀਂ ਮਹਾਰਾਜ ਪੋੜਦੇ ਇਹ ਸਾਡੇ ਲਈ ਵੀ ਜ਼ਰੂਰੀ ਆ ਭਾਵੇਂ ਕੋਈ ਅਹੁਦੇਦਾਰ ਆ ਭਾਵੇਂ ਕੋਈ ਪ੍ਰਧਾਨ ਆ ਭਾਵੇਂ ਕੋਈ ਸੈਕਟਰੀ ਸਾਹਿਬ ਭਾਵੇਂ ਕੋਈ ਖਜ਼ਾਨਾ ਸੰਗਤ ਦਾ ਹੁਕਮ ਵੱਡਾ ਹੁੰਦਾ ਸੰਗਤ ਦਾ ਹੁਕਮ ਨਾ ਮੋੜਿਆ ਕਰੋ ਕਦੇ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਗਤ ਦਾ ਫੈਸਲਾ ਸਤ ਕਰਕੇ ਮੰਨਿਆ ਮਹਾਰਾਜ ਨੇ ਚੰਦੂ ਨੂੰ ਸੁਨੇਹਾ ਭੇਜਿਆ ਭਾਈ ਤੇਰੇ ਮਨ ਵਿੱਚ ਮਾਣ ਸਾਨੂੰ ਤੇਰੀ ਲੜਕੀ ਦਾ ਨਾਤਾ ਨਹੀਂ ਪ੍ਰਵਾਨ ਤੇਰੇ ਮਨ ਵਿੱਚ ਮਾਣ ਆਪਣੇ ਬਰਾਬਰ ਦਾ ਲੱਭ ਲਾ ਖੋ ਸਤਨਾਮ ਸ੍ਰੀ ਵਾਹਿਗੁਰੂ ਇਤਿਹਾਸਕਾਰ ਲਿਖਦੇ ਨੇ ਕਹਿੰਦੇ ਦੀਵਾਨ ਚੰਦੂ ਨੇ ਫਿਰ ਚਿੱਠੀ ਲਿਖੀ ਦੋ ਭਾਗਾਂ ਵਿੱਚ ਮਹਾਰਾਜ ਦੇ ਚਰਨਾਂ ਵੱਲ ਉਹਨੇ ਚਿੱਠੀ ਲਿਖੀ ਪਹਿਲੇ ਭਾਗ ਵਿੱਚ ਕੀ ਲਿਖਦਾ ਕਹਿੰਦਾ ਮੈਂ ਇੰਨਾ ਕੁਝ ਨਹੀਂ ਕਿਹਾ ਮਹਾਰਾਜ ਐਵੇਂ ਵਧਾ ਚੜਾ ਕੇ ਤੁਹਾਨੂੰ ਕਿਹਾ ਦਿੱਲੀ ਦੀ ਸੰਗਤ ਨੇ ਮੈਂ ਇੰਨਾ ਕੁਝ ਨਹੀਂ ਕਿਹਾ ਮੇਰੀ ਲੜਕੀ ਦਾ ਨਾਤਾ ਪ੍ਰਵਾਨ ਕਰ ਲਓ ਮੈਂ ਏਡੀ ਕੋਈ ਗੱਲੇ ਨਹੀਂ ਕਹੀ ਪਹਿਲੇ ਭਾਗ ਵਿੱਚ ਲਿਖਦਾ ਹੇਠਾਂ ਕੀ ਲਿਖਿਆ ਹੇਠਾਂ ਉਹਨੇ ਧਮਕੀ ਦਿੱਤੀ ਕਹਿੰਦਾ ਜੇ ਮੇਰੀ ਲੜਕੀ ਦਾ ਨਾਤਾ ਪ੍ਰਵਾਨ ਨਾ ਕੀਤਾ ਤੁਸੀਂ ਮੈਨੂੰ ਜਾਣਦੇ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਹਿਲੇ ਭਾਗ ਵਿੱਚ ਛੋਟੀ ਜੀ ਬੇਨਤੀ ਦੂਜੇ ਭਾਗ ਵਿੱਚ ਵੱਡੀ ਧਮਕੀ ਕਹਿੰਦਾ ਜੇ ਮੇਰੀ ਲੜਕੀ ਦਾ ਨਾਤਾ ਪ੍ਰਵਾਨ ਨਾ ਕੀਤਾ ਸਰਕਾਰੇ ਦਰਬਾਰੇ ਪਹੁੰਚਾ ਮੇਰੀ ਐਡੇ ਦੁੱਖ ਝੱਲਣੇ ਪੈਣਗੇ ਜਿਹੜੇ ਸੁਪਨੇ ਵਿੱਚ ਵੀ ਨਹੀਂ ਸੋਚੇ ਹੋਣੇ ਪਰ ਮਹਾਰਾਜ ਨੇ ਪ੍ਰਵਾਹ ਨਹੀਂ ਕੀਤੀ ਫਿਰ ਹੁਣ ਸੁਣਿਓ ਥੋੜੀ ਇਕਾਗਰਤਾ ਬਣਾ ਕੇ ਫਿਰ ਉਹਨਾਂ ਨੇ ਆਨੀ ਬਹਾਨੀ ਮਹਾਰਾਜ ਨੂੰ ਬੰਦੀ ਬਣਾ ਕੇ ਜਦੋਂ ਲੈ ਕੇ ਗਏ ਲਾਹੌਰ ਤੱਕ ਸੁਣਿਓ ਆ ਜੇਠ ਦਾ ਮਹੀਨਾ ਮੈਂ ਜਿੱਥੋਂ ਬੇਨਤੀ ਆਰੰਭ ਕੀਤੀ ਤੱਤੀ ਤਵੀ ਤੇ ਬਹਿ ਗਏ ਮਹਾਰਾਜ ਪਰ ਤਵੀ ਤੇ ਬਹਿਣ ਤੋਂ ਪਹਿਲਾਂ ਦੇਗ ਵਿੱਚ ਉਬਾਲਿਆ ਗਿਆ ਛਾਲੇ ਛਾਲੇ ਸਰੀਰ ਗਿਆ ਭਾਵੇਂ ਉਹਨਾਂ ਨੇ ਸ਼ਰਤਾਂ ਰੱਖੀਆਂ ਕਹਿੰਦੇ 2 ਲੱਖ ਹਰਜਾਨਾ ਭਰ ਦਿਓ ਮਹਾਰਾਜ ਕਹਿੰਦੇ ਸੰਗਤ ਦੀ ਮਾਇਆ ਇਹ ਸੇਵਾ ਲਈ ਲੱਗ ਸਕਦੀ ਹੈ ਜੁਰਮਾਨਾ ਕਾਹਦਾ ਟੈਕਸ ਕਾਹਦਾ ਗੁਰੂ ਨਾਨਕ ਦੇ ਘਰ ਇਹ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਾਂ ਫਿਰ ਕਹਿੰਦੇ ਨੇ ਸਿੱਖੀ ਛੱਡ ਕੇ ਇਸਲਾਮ ਕਬੂਲ ਕਰ ਲਓ ਮਹਾਰਾਜ ਕਹਿੰਦੇ ਵੀ ਪ੍ਰਵਾਨ ਜਾਂ ਕਹਿੰਦੇ ਜਿਹੜਾ ਬਾਣੀ ਦਾ ਜਹਾਜ਼ ਬਣਾਇਆ
ਇਹਦੇ ਵਿੱਚ ਵਡਿਆਈ ਪਾਓ। ਮੁਹੰਮਦ ਸਾਹਿਬ ਦੀ ਮਹਾਰਾਜ ਕਹਿੰਦੇ ਦਰਗਾਹੀ ਵਚਨ ਬਣੇ, ਇਹਦੇ ਨਾਲ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ। ਜਾਂ ਫਿਰ ਕਹਿੰਦੇ ਚੰਦੂ ਦੀ ਲੜਕੀ ਦਾ ਨਾਤਾ ਪ੍ਰਵਾਨ ਕਰ ਲਓ। ਮਹਾਰਾਜ ਕਹਿੰਦੇ ਅਸੀਂ ਤੇ ਕੀਤਾ ਸੀ ਪ੍ਰਵਾਨ, ਇਹਦੇ ਮਨ ਵਿੱਚ ਮਾਣ ਆ ਗਿਆ, ਇਹ ਸੰਗਤ ਦਾ ਹੁਕਮ ਆ। ਮਹਾਰਾਜ ਕਹਿੰਦੇ ਹੁਣ ਸਾਡਾ ਨਹੀਂ, ਇਹ ਸੰਗਤ ਦਾ ਫੈਸਲਾ। ਫਿਰ ਤੱਤੀ ਤਵੀ ਤੇ ਬਿਠਾਇਆ ਜਾਲਮਾਂ ਨੇ, ਸਾਈ ਮੀਆਂ ਮੀਰ ਵਰਗੇ ਆ ਗਏ, ਝੱਲਿਆ ਨਹੀਂ ਗਿਆ ਹਾਲ ਪਿਆਰੇ ਦਾ। ਜਿਹੜੇ ਸਾਈ ਮੀਆਂ ਮੀਰ ਜੀ ਸਨ, ਇੰਨੇ ਪਿਆਰ ਵਾਲੇ ਸਨ, ਕਹਿੰਦੇ ਇੱਕੋ ਵਾਰੀ ਧੰਨ ਗੁਰੂ ਅਰਜਨ ਦੇ ਮਹਾਰਾਜ ਤੋਂ ਸੁਖਮਨੀ ਸਾਹਿਬ ਦਾ ਜਾਪ ਸੁਣਿਆ, ਇੱਕ ਵਾਰ ਸਾਰਾ ਪਾਠ ਜਵਾਨੀ ਕੰਠ ਹੋ ਗਿਆ ਸੀ ਸਾਈ ਮੀਆਂ ਮੀਰ ਨੇ ਇੱਕੋ ਵਾਰੀ ਸੁਣਿਆ। ਇੱਥੇ ਮੈਨੂੰ ਮਾਫ ਕਰਿਓ, ਸਾਰੀ ਜ਼ਿੰਦਗੀ ਲੰਘੀ ਜਪਜੀ ਸਾਹਿਬ ਪੜ੍ਹਦੇ ਹਾਂ, ਪੰਜ ਪੌੜੀਆਂ ਨਹੀਂ ਯਾਦ ਬਿਰਲੇ ਨੇ। ਬਾਬਾ ਜੀ ਲੂਲੋਂ ਵਾਲਿਆਂ ਦਾ ਬਚਨ ਆ, ਕਹਿੰਦੇ ਜੇ ਬਾਣੀ ਕੰਠ ਹੁੰਦੀ ਆ ਨਾ, ਇਹ ਗੂੜੀ ਪ੍ਰੀਤ ਦੀ ਨਿਸ਼ਾਨੀ ਆ। ਜਿਹੜੇ ਯਾਰ ਬੇਲੀ ਨਾਲ ਤੁਹਾਡਾ ਬਹੁਤਾ ਪ੍ਰੇਮ ਆ, ਉਹਦਾ ਨੰਬਰ ਕੱਢਣਾ ਨਹੀਂ ਪੈਂਦਾ, ਉਹਤੇ ਰੱਟਾ ਮਾਰੀ ਫਿਰਦੇ ਹੁੰਦੇ। ਜਿਹੜੀ ਬਾਣੀ ਤੁਹਾਨੂੰ ਕੰਠ ਹੋ ਗਈ, ਮਹਾਂਪੁਰਸ਼ ਵਚਨ ਕਰਿਆ ਕਰਦੇ ਸੀ, ਕਹਿੰਦੇ ਮਾਇਆ ਕੰਠ ਤੇ ਗੁਰਬਾਣੀ ਕੰਠ। ਜਿਹੜੀ ਮਾਇਆ ਤੁਹਾਡੀ ਜੇਬ ਵਿੱਚ ਪਾਈ ਫਿਰਦੇ ਹੋ ਨਾ, ਜਿੱਥੇ ਮਰਜ਼ੀ ਖਰਚ ਕਰ ਲਿਓ, ਜਿਹੜੀ ਬੈਂਕਾਂ ਵਿੱਚ ਪਈ ਆ ਉਹ ਤੁਹਾਡੀ ਨਹੀਂ ਹੋ ਸਕਦੀ। ਹੋ ਸਕਦਾ ਪਤਾ ਨਹੀਂ ਕਿਹਨੇ ਕਿੱਦਾਂ ਵਰਤਣੀ ਆ, ਕੀ ਪਾਪ ਖੱਟਣੇ ਨੇ, ਕੀ ਪੁੰਨ ਖੱਟਣੇ ਨੇ, ਆਪਾਂ ਨਹੀਂ ਜਾਣਦੇ। ਪਰ ਜਿਹੜੀ ਮਾਇਆ ਤੁਹਾਡੀ ਜੇਬ ਵਿੱਚ ਪਾਈ ਫਿਰਦੇ ਹੋ, ਜਿੱਥੇ ਮਰਜ਼ੀ ਖਰਚ ਕਰ ਲਿਓ, ਮਾਇਆ ਕੰਠ ਤੇ ਗੁਰਬਾਣੀ ਕੰਠ। ਜਿਹੜੀ ਬਾਣੀ ਤੁਹਾਨੂੰ ਕੰਠ ਹੋ ਗਈ, ਜਿੱਥੇ ਮਰਜ਼ੀ ਚੌਂਕੜਾ ਮਾਰ ਕੇ ਬਹਿ ਕੇ ਜਪ ਲਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਮਰੇ ਸਾਈ ਮੀਆਂ ਮੀਰ ਜੀ ਨੂੰ ਇੱਕੋ ਵਾਰੀ ਸੁਣਿਆ, ਸੁਖਮਨੀ ਸਾਹਿਬ ਦਾ ਜਾਪ ਕੰਠ ਹੋ ਗਿਆ। ਤੱਤੀ ਤਵੀ ਤੇ ਬੈਠਿਆਂ ਨੂੰ ਜਦੋਂ ਵੇਖਿਆ ਮਹਾਰਾਜ, ਤੱਤੀ ਤਵੀ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਹੋ ਮਹਾਰਾਜ? ਤੱਤੀ ਤਵੀ ਤੇ ਬਹਿ ਕੇ ਵੀ ਜਪਨੇ ਹੋ, ਤੱਤੀ ਤਵੀ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਹੋ? ਮਹਾਰਾਜ ਕਹਿੰਦੇ ਜਪਜੀ ਸਾਹਿਬ ਜਪਨੇ ਆ, ਆਖੋ ਸਤਨਾਮ। ਰਮ ਜਾ ਸਿੱਖਾਂ ਨੂੰ ਸਮਝਾਵੋ, ਕੁਛ ਤੇ ਸਮਝਾ ਰਹੇ ਹੋ ਮਹਾਰਾਜ ਆਪਣੇ ਪਿਆਰਿਆਂ ਨੂੰ ਵੀ, ਵੱਡੇ ਤੋਂ ਵੱਡਾ ਦੁੱਖ ਭਾਵੇਂ ਆ ਜੇ ਡੋਲਿਓ ਨਾ। ਰਮ ਜਾ ਸਿੱਖਾਂ ਨੂੰ ਸਮਝਾਵੋ, ਦੁੱਖੜੇ ਆਪ ਜਰਦੇ ਹੋ, ਤੱਤੀ ਤਵੀ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਹੋ? ਸਾਈ ਮੀਆਂ ਮੀਆਂ ਵੀ ਚੱਲਿਆ ਨਹੀਂ ਗਿਆ, ਚੰਦੂ ਦੀ ਨੂੰਹ ਰਾਣੀ ਆਈ, ਮਹਾਰਾਜ ਮੇਰਾ ਸਹੁਰਾ ਪਰਿਵਾਰ ਜ਼ੁਲਮ ਕਰਦਾ ਪਿਆ, ਮਹਾਰਾਜ ਇਹਨਾਂ ਨੂੰ ਕੀ ਹੁਕਮ, ਮੈਨੂੰ ਕੀ ਹੁਕਮ, ਮੈਂ ਵੀ ਇਹਨਾਂ ਦੇ ਘਰ ਵਿੱਚ ਰਹਿੰਦੀ ਹਾਂ, ਇਹਨਾਂ ਦਾ ਪ੍ਰਸ਼ਾਦਾ ਪਾਣੀ ਛਕਦੀ ਹਾਂ, ਮਹਾਰਾਜ ਮੈਨੂੰ ਕੀ ਹੁਕਮ? ਮਹਾਰਾਜ ਕਹਿੰਦੇ ਧੀਏ ਤੇਰਾ ਸਹੁਰਾ ਪਰਿਵਾਰ ਜੇ ਜ਼ੁਲਮ ਕਰਦਾ ਪਿਆ, ਇਹ ਨਰਕਾਂ ਦੇ ਭਾਗੀ ਬਣਨਗੇ। ਆਖੋ ਸਤਿ ਸਤਿ ਸ੍ਰੀ ਵਾਹਿਗੁਰੂ। ਮਹਾਰਾਜ ਮੇਰੇ ਲਈ ਕੀ ਹੁਕਮ?
ਮੈਂ ਵੀ ਘਰ ਵਿੱਚ ਰਹਿੰਦੀ ਆ, ਜਲ ਪਾਣੀ ਛਕਦੀ ਆ ਮਹਾਰਾਜ। ਮਹਾਰਾਜ ਕਹਿੰਦੇ ਤੇਰੀਆਂ ਦਰਗਾਹ ਤੱਕ ਜੈ ਜੈਕਾਰਾਂ ਹੋਣਗੀਆਂ। ਬਲ ਏਡੇ ਵੱਡੇ ਬਰ ਬਰ ਤੱਤੀ ਤਵੀ ਤੇ ਬਹਿ ਕੇ ਵੀ ਵਰ ਦਿੱਤੇ ਮਹਾਰਾਜ ਨੇ ਸਾਈਂ ਮੀਆਂ ਮੀਰ ਜੀ ਵਰਗੇ ਝੱਲਿਆ ਨਹੀਂ ਗਿਆ। ਚੰਦੂ ਦੀ ਨੂੰਹ ਰਾਣੀ ਕਹਿੰਦੀ ਸਤਿਗੁਰ ਪਿਆਰਿਆ ਕਿੱਦਾਂ ਦਰਦ ਸਹਾਰਿਆ। ਚੰਦੂ ਦੀ ਨੂੰਹ ਰਾਣੀ ਰਾਣੀ ਕਹਿੰਦੀ ਸਤਿਗੁਰ ਪਿਆਰਿਆ ਕਿੱਦਾਂ ਦਰਦ ਸਹਾਰਿਆ। ਮਨ ਤੱਤੀ ਤਵੀ ਤੇ ਬਹਿ ਗਏ ਹੋ ਚੌਂਕੜਾ ਮਾਰ ਕੇ। ਮਹਾਰਾਜ ਕਹਿੰਦੇ ਤੇਰਾ ਕੀ ਆ ਮਿੱਠਾ ਲੱਗਿਆ ਮਾਲਕ, ਤੇਰਾ ਕੀ ਆ ਮਿੱਠਾ ਲੱਗਿਆ ਹਰ ਨਾਮ ਪਦਾਰਥ ਨਾਨਕ ਨਾਨਕ ਛਾਲੇ ਛਾਲੇ ਸਰੀਰ ਹੋਇਆ ਪਿਆ ਦੇਗ ਵਿੱਚ ਉਬਾਲਿਆ ਤੱਤੀ ਤਵੀ ਤੇ ਬਿਠਾਇਆ ਛਾਲੇ ਛਾਲੇ ਸਰੀਰ ਹੋਇਆ ਪਿਆ। ਤੱਤਾ ਤੱਤਾ ਰੇਤਾ ਸੀਸ ਵਿੱਚ ਪਾਇਆ ਲਟਾ ਲਟ ਅੱਗ ਬਲਦੀ ਪਈ ਹੈ। ਇੱਥੇ ਹੀ ਵਸ ਨਹੀਂ ਉਹਨਾਂ ਜ਼ਾਲਮਾਂ ਨੇ ਤਰਕੀਬ ਕੀ ਬਣਾਈ ਕਹਿੰਦੇ ਗਊ ਮਾਰ ਕੇ ਉਹਦਾ ਚਮੜਾ ਲਾ ਲਓ ਇਹਨਾਂ ਦੇ ਸਰੀਰ ਤੇ ਲਪੇਟੋ ਧੁੱਪੇ ਬਿਠਾ ਦਿਆਂਗੇ। ਜਿਵੇਂ ਜਿਵੇਂ ਧੁੱਪ ਲੱਗੇਗੀ ਚਮੜਾ ਸੁੰਗੜੇਗਾ ਛਾਲੇ ਛਾਲੇ ਸਰੀਰ ਹੋਇਆ ਪਿਆ ਵਿੱਚ ਘੁੱਟੇ ਜਾਣਗੇ ਬਹੁਤਾ ਦੁੱਖ ਚੱਲਣਗੇ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਅਸੀਂ ਰਾਵੀ ਵਿੱਚ ਇਸ਼ਨਾਨ ਕਰਨਾ ਭਾਈ ਰਾਵੀ ਵਿੱਚ ਇਸ਼ਨਾਨ ਕਰਨਾ ਤਾਂ ਵੀ ਵੱਡਾ ਗਿਆਨ ਆ। ਵੱਡੇ ਤੋਂ ਵੱਡਾ ਦੁੱਖ ਪਵੇ ਇਸ਼ਨਾਨ ਨਾ ਭੁੱਲੀ ਆਪਣਾ ਇਹ ਮਹਾਰਾਜ ਦੀ ਬਾਣੀ ਦਾ ਫੈਸਲਾ। ਮਹਾਰਾਜ ਕਹਿੰਦੇ ਇਸ਼ਨਾਨ ਕਰਨਾ ਜ਼ਾਲਮ ਕਹਿੰਦੇ ਸਾਡੇ ਮਨ ਦੀਆਂ ਹੋ ਗਈਆਂ ਠੰਡਾ ਠੰਡਾ ਪਾਣੀ ਆ ਛਾਲਿਆਂ ਨੂੰ ਲੱਗੇਗਾ ਬਹੁਤਾ ਦੁੱਖ ਚੱਲਣਗੇ ਆਖੋ ਸਤਨਾਮ ਸ੍ਰੀ ਵਾਹ। ਫਿਰ ਪ੍ਰੇਮ ਵਾਲੇ ਗੁਰਸਿੱਖ ਆਏ ਬਾਬਾ ਬੁੱਢਾ ਜੀ ਸਾਹਿਬ ਹੋਰੀ ਭਾਈ ਵਧੀਆ ਜੀ ਵਰਗੇ ਸਾਈਂ ਮੀਆਂ ਮੀਰ ਜੀ ਹੋਰੀ ਮੋਢੇ ਦਾ ਸਹਾਰਾ ਦਿੱਤਾ। ਰਾਵੀ ਵਿੱਚ ਜਦੋਂ ਮਹਾਰਾਜ ਇਸ਼ਨਾਨ ਕਰਨ ਗਏ ਨਾ ਇੱਥੇ ਬੈਰਾਗੀ ਕਵੀ ਨੇ ਲਿਖਿਆ ਰਾਵੀ ਦੇ ਆ ਪਾਣੀਆਂ ਠੋਕਰਾਂ ਨਾ ਤੇਰੀ ਗੋਦ ਵਿੱਚ ਆਈ ਸੱਜੀ ਸਰਕਾਰ ਹੋਏ ਮਾਹੀ ਦੇ ਸਰੀਰ ਉੱਤੇ ਛਾਲੇ ਬੇਸ਼ੁਮਾਰ ਨੇ ਹੌਲੀ ਹੌਲੀ ਚੱਲ ਠੋਕਰਾਂ ਨਾ ਮਾਰ ਰਾਵੀ ਦੇ ਆ ਪਾਣੀ। ਜਦੋਂ ਮਹਾਰਾਜ ਨੇ ਗੋਤਾ ਲਾਇਆ ਇਤਿਹਾਸਕਾਰ ਲਿਖਦੇ ਨੇ ਮਹਾਰਾਜ ਰਾਵੀ ਦੇ ਪਾਣੀ ਵਿੱਚ ਜਦੋਂ ਗੋਤਾ ਲਾਇਆ ਜਿਹੜਾ ਬਾਣੀ ਦਾ ਫੈਸਲਾ ਪੜ੍ਹਦੇ ਹੋ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਊਗਾ ਰਾਮ ਜੋਤੀ ਜੋਤਰਲੀ ਸੰਪੂਰਨ ਥੀ ਆ ਰਾਮ। ਬਾਬਾ ਜੀ ਰਾੜਾ ਸਾਹਿਬ ਵਾਲਿਆਂ ਧਾਰਨਾ ਪੜ੍ਹਦੇ ਸੀ ਧੰਨ ਧੰਨ ਬਾਬਾ ਗੱਜਣ ਸਾਹਿਬ ਜੀ ਉਹਨਾਂ ਦੀ ਸਲਾਨਾ ਮਿੱਠੀ ਯਾਦ ਮਨਾ ਰਹੇ ਹੋ ਪੜ੍ਹਿਓ ਫਿਰ ਪਿਆਰ ਵਿੱਚ ਨਿਰੰਕਾਰ ਦੇ ਦੇਸ਼ ਵਿੱਚ ਜੋਤ ਨਾਲ ਜੋਤ ਨਿਰੰਕਾਰ ਦੇ ਦੇਸ਼ ਵਿੱਚ ਜੋਤ ਵਿੱਚ ਜੋਤ
ਜਲ ਗਈ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਦੇਸ ਵਿੱਚ ਜਾਂਦੇ ਜੋਤ ਵਿੱਚ ਨਿਰੰਕਾਰ ਦੇ ਦੇਸ ਵਿੱਚ ਜਾ ਕੇ ਜੋਤ ਵਿੱਚ ਜੋਤ ਰਲ ਗਈ ਨਿਰੰਕਾਰ ਦੇ ਦੇਸ ਵਿੱਚ ਜਾ ਕੇ ਨਿਰੰਕਾਰ ਦੇ ਜੋਤ ਵਿੱਚ ਜੋਤ ਰਲ ਗਈ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਵਿੱਚ ਜੋਤ ਰਲ ਗਈ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਨਾਲ ਜੋਤ ਰਲ ਗਈ ਮਹਾਰਾਜ ਇਸ਼ਨਾਨ ਕਰਦੇ ਨੇ ਗੋਤਾ ਲਾਇਆ ਉਹ ਵੇਲੇ ਮਹਾਰਾਜ ਕਹਿੰਦੇ ਭਾਣਾ ਵਰਤਾ ਗਿਆ ਸੱਚਖੰਡ ਖੰਡਨਾ ਕਰਨਾ ਸਾਈਂ ਮੀਆਂ ਮੀਰ ਜੀ ਵਰਗੇ ਧਾਹਾਂ ਮਾਰਦੇ ਰਹਿ ਗਏ ਇਹ ਵਿਛੋੜੇ ਦਾ ਦੁੱਖ ਆ ਪ੍ਰੇਮ ਵਾਲੇ ਚੱਲ ਨਹੀਂ ਸਕਦੇ ਹੁੰਦੇ ਸਾਈਂ ਮੀਆਂ ਮੀਰ ਜੀ ਉਹ ਵੇਲੇ ਰਾਵੀ ਦੇ ਕੰਢੇ ਖੜ ਕੇ ਪਿਆਰੇ ਦੇ ਪਿਆਰ ਵਿੱਚ ਕੋਈ ਆਣ ਮਿਲਾਵੇ ਮੇਰਾ ਰਾਹ ਬਾਬਾ ਤੇਜਾ ਸਿੰਘ ਜੀ ਜਦੋਂ ਰਾੜਾ ਸਾਹਿਬ ਵਾਲੇ ਸੱਚਖੰਡ ਗਏ ਸੀ ਨਾ 2015 ਵਿੱਚ ਉੱਥੇ ਆ ਧਾਰਨਾ ਗਾਈ ਸੀ ਭਾਵੇਂ ਬਾਅਦ ਵਿੱਚ ਬੜਿਆ ਨੇ ਗਾਈ ਪਰ ਪਹਿਲੀ ਵਾਰੀ ਉੱਥੇ ਰਾੜਾ ਸਾਹਿਬ ਆ ਧਾਰਨਾ ਗਾਈ ਸੀ ਮਾਲੀਆ ਬੇਵਾਗ ਸੁਣਨਾ ਛੱਡ ਕੇ ਨਹੀਂ ਸਾਈਂ ਮੀਆਂ ਮੀਰ ਜੀ ਕਹਿੰਦੇ ਨੇ ਮਹਾਰਾਜ ਜਿਹੜਾ ਬਾਗ ਆ ਨਾ ਜਿਹੜੇ ਬਾਗ ਦਾ ਮਾਲੀ ਤੁਰ ਜੇ ਬਾਅਦ ਵਿੱਚ ਰੌਣਕ ਨਹੀਂ ਹੁੰਦੀ ਉਜਾੜੇ ਲੱਗਦਾ ਬੜੇ ਉਹ ਪਿਆਰ ਨਾਲ ਧਾਰਨਾ ਫਿਰ ਸਾਈਆਂ ਤੂੰ ਮੁੱਖੜਾ ਨਮੋੜੀ ਧਾਰਨਾ ਗਾ ਕੇ ਫਿਰ ਆਪਾਂ ਫਤਿਹ ਬੁਲਾਈ ਬੁਲਾਈ ਮਾਲੀਆ ਬੇਬਾਗ ਸੁਣਾ ਛੱਡ ਕੇ ਨਹੀਂ ਜਾਈਦਾ ਮਾਲੀਆ ਬੇਬਾਗ ਸੁਣਾ ਮਾਲੀਆ ਬੇਬਾਗ ਸੁਣਾ ਛੱਡ ਕੇ ਨਹੀਂ ਜਾਈਦਾ 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 ਮਾਲੀਆ ਵਿਭਾਗ ਸੁਣਾ ਛੱਡ ਕੇ ਨਹੀਂ ਜਾਈਦਾ ਮਾਲੀਆ ਵਿਭਾਗ ਸੁਣਾ ਮਾਲੀਆ ਵਿਭਾਗ ਸੁਣਾ ਛੱਡ ਕੇ ਨਹੀਂ ਜਾਈਦਾ ਮਾਲੀਆ ਵਿਭਾਗ ਸੁਣਾ ਛੱਡ ਕੇ ਨਹੀਂ ਜਾਈਦਾ ਮਾਲੀ
ਆਵੇ ਬਾਗ ਸੋਨਾ ਕੱਟ ਕੇ ਨਹੀਂ ਜਾਈਦਾ ਮਾਲੀ ਆਵੇ ਬਾਗ ਸੋਨਾ ਕੱਟ ਕੇ ਨਹੀਂ ਜਾਈਦਾ ਮਾਲੀ ਆਵੇ ਬਾਗ ਸੋਨਾ ਕੱਟ ਕੇ ਨਹੀਂ ਜਾਈਦਾ ਮਾਲੀ ਆਵੇ ਬਾਗ ਸੋਨਾ ਆਪਣੇ ਪਿਆਰਿਆਂ ਨੂੰ ਐਨਾ ਨਹੀਂ ਰਵਾਈਦਾ 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 ਆਪਣੇ ਪਿਆਰਿਆਂ ਨੂੰ ਮਾਲੀ ਆਵੇ ਬਾਗ ਸੋਨਾ ਛੱਡ ਕੇ ਨਹੀਂ ਜਾਈਦਾ ਮਾਲੀ ਆਵੇ ਬਾਗ ਸੋਨਾ ਕੱਟ 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 ਕੇ ਨਹੀਂ ਜਾਈਦਾ ਮਾਲੀ ਆਵੇ ਬਾਗ ਸੋਨਾ ਮਾਲੀ ਆਵੇ ਬਾਗ ਸੋਨਾ ਛੱਡ ਕੇ ਨਹੀਂ ਜਾਈਦਾ ਆਪਣੇ ਪਿਆਰਿਆਂ ਨੂੰ ਮਹਾਰਾਜ ਇੰਨਾ ਨਹੀਂ ਰਵਾਈਦਾ ਸਾਈਂ ਮੀਆਂ ਮੀਰ ਜੀ ਵਰਗੇ ਤਾਂ ਮਾਰਦੀ ਰਹਿ ਗਏ ਰਾਵੀ ਦੇ ਕੰਢੇ ਖੜ ਕੇ ਆਓ ਬੈਰਾਗੀ ਮਨ ਕਰਕੇ ਬੈਠੇ ਹੋ ਧੰਨ ਧੰਨ ਬਾਬਾ ਗੱਜਣ ਸ਼ਾਹ ਜੀ ਮਹਾਰਾਜ ਉਹਨਾਂ ਦੇ ਪਾਵਨ ਸਥਾਨਾਂ ਤੇ ਆਪ ਜੀ ਦਾ ਆਉਣਾ ਬਹਿਣਾ ਪ੍ਰਵਾਨ ਹੋਵੇ ਸਾਡੀ ਹਾਜ਼ਰੀ ਦਰਗਾਹ ਤੱਕ ਲੱਗੇ ਸਾਰੀਆਂ ਸੰਗਤਾਂ ਦਾ ਸਾਰੇ ਪ੍ਰਬੰਧਕਾਂ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਾਂ ਅੱਜ ਜੇ ਜੈ ਜੈਕਾਰਾਂ ਨੇ ਸਾਧੂ ਦੀ ਕਮਾਈ ਬੋਲਦੀ ਆ ਕੋ ਸਦਨਾ ਸ੍ਰੀ ਵਾਹਿਗੁਰੂ ਆ ਭਾਵੇਂ ਘੱਟ ਬੋਲਣ ਬੰਦਗੀ ਵਾਲੇ ਬਰਾਗੀਆਂ ਦੀ ਨਿਸ਼ਾਨੀ ਆ ਉਹ ਬਹੁਤਾ ਨਹੀਂ ਬੋਲਦੇ ਹੁੰਦੇ ਬੈਰਾਗੀ ਦਾ ਖਾਣਾ ਘੱਟ ਜਾਂਦਾ ਬੋਲਣਾ ਸੌਣਾ ਪੀਣਾ ਘੱਟ ਜਾਂਦਾ ਹੁੰਦਾ ਪਰ ਉਹਨਾਂ ਦੀ ਕਮਾਈ ਜਦੋਂ ਸਰੀਰ ਕਰਕੇ ਤੁਰ ਜਾਣ ਨਾ ਉਹਨਾਂ ਦੀਆਂ ਯਾਦਾਂ ਵਿੱਚ ਮੇਲੇ ਲੱਗਦੇ ਨੇ ਆ ਕਮਾਈ ਬੋਲਦੀ ਆ ਪੜਿਓ ਮੈਨੂੰ ਹੁਕਮ ਹੋਇਆ ਸਾਧੂ ਨਹੀਂ ਬੋਲਦਾ ਸਾਰੇ ਬੋਲਿਓ ਫਿਰ ਸਮਾਪਤੀ ਕਰੀਏ ਰਲ ਕੇ ਸਾਧੂ ਨਹੀਂ ਬੋਲਦਾ ਸਾਧੂ ਦੀ ਬੰਦਗੀ ਬੋਲਦੇ 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 ਸਾਧੂ ਨਹੀਂ ਬੋਲਦਾ ਸਾਧੂ ਦੀ ਬੰਦਗੀ ਬੋਲੇ ਸਾਧੂ ਦੀ ਬੰਦਗੀ ਬੋਲੇ ਸਾਧੂ ਦੀ ਬੰਦਗੀ ਸਾਧੂ ਦੀ ਬੰਦਗੀ ਬੋਲੇ 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 ਸਾਧੂ ਦੀ ਬੰਦਗੀ
ਬੰਦਗੀ ਬੋਲੇ ਸਾਧੂ ਦੀ ਬੰਦਗੀ ਬੋਲੇ ਸਾਧੂ ਦੀ ਬੰਦਗੀ ਸਾਧੂ ਦੀ ਬੰਦਗੀ ਸਾਧੂ ਦੀ ਬੰਦਗੀ ਬੋਲੇ 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 ਸਾਧੂ ਨਹੀਂ ਬੋਲਦਾ ਮੈਨੂੰ ਹੁਕਮ ਹੋਇਆ ਅੱਖੀਆਂ ਵੈਰਾਗ ਨਾਲ ਭਰੀਆਂ ਜਿਨ੍ਹਾਂ ਦਾ ਪਿਆਰਾ ਦੂਰ ਹੋ ਗਿਆ ਦੂਰ ਹੋ ਗਿਆ ਪੜੋ ਪੜੋ ਅੱਖੀਆਂ ਬਰਾਗ ਨਾਲ ਭਰੀਆਂ ਜਿਨ੍ਹਾਂ ਦਾ ਪਿਆਰਾ ਦੂਰ ਹੋ ਗਿਆ ਅੱਖੀਆਂ ਬਰਾਗ ਨਾਲ ਭਰੀਆਂ ਜਿਨ੍ਹਾਂ ਦਾ ਪਿਆਰਾ ਦੂਰ ਹੋ ਗਿਆ ਅੱਖੀਆਂ ਬਰਾਗ ਨਾਲ ਭਰੀਆਂ ਜਿਨ੍ਹਾਂ ਦਾ ਪਿਆਰਾ ਦੂਰ ਹੋ ਗਿਆ ਅੱਖੀਆਂ ਬਰਾਗ ਨਾਲ ਭਰੀਆਂ ਜਿਨ੍ਹਾਂ ਦਾ ਪਿਆਰਾ ਦੂਰ ਹੋ ਗਿਆ ਅੱਖੀਆਂ ਬਰਾਗ ਨਾਲ ਭਰੀਆਂ ਜਿਨ੍ਹਾਂ ਦਾ ਪਿਆਰਾ ਦੂਰ ਹੋ ਗਿਆ ਓਏ ਅੱਖੀਆਂ ਬਰਾਗ ਨਾਲ ਭਰੀਆਂ 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 ਜਿਨ੍ਹਾਂ ਦਾ ਪਿਆਰਾ ਦੂਰ ਹੋ ਗਿਆ ਜਿਨ੍ਹਾਂ ਦਾ ਪਿਆਰਾ ਦੂਰ ਹੋ ਗਿਆ ਜਿਨ੍ਹਾਂ ਦਾ ਪਿਆਰਾ ਦੂਰ ਹੋ ਗਿਆ ਜਿਨ੍ਹਾਂ ਤੋਂ ਪਿਆਰਾ ਦੂਰ ਹੋ ਗਿਆ ਜਿਨ੍ਹਾਂ ਤੋਂ ਪਿਆਰਾ ਦੂਰ ਹੋ ਗਿਆ ਅੱਖੀਆਂ ਬੈਰਾਗ ਨਾਲ ਭਰੀਆਂ ਅੱਜ ਅੱਖੀਆਂ ਬੈਰਾਗ ਨਾਲ ਭਰੀਆਂ ਜਿਨ੍ਹਾਂ ਦਾ ਪਿਆਰਾ ਦੂਰ ਅੱਖੀਆਂ ਬੈਰਾਗ ਨਾਲ ਭਰੀਆਂ ਅੱਖੀਆਂ ਬੈਰਾਗ ਨਾਲ ਭਰੀਆਂ ਜਿਨ੍ਹਾਂ ਦਾ ਪਿਆਰਾ ਦੂਰ ਹੋ ਗਿਆ ਅੱਖੀਆਂ ਬੈਰਾਗ ਨਾਲ ਭਰੀਆਂ ਜਿਨ੍ਹਾਂ ਦਾ ਪਿਆਰਾ ਦੂਰ ਹੋ ਗਿਆ ਅੱਖੀਆਂ ਬੈਰਾਗ ਨਾਲ ਭਰੀਆਂ ਜਿਨ੍ਹਾਂ ਦਾ ਪਿਆਰਾ ਦੂਰ ਹੋ ਗਿਆ ਅੱਖੀਆਂ ਬੈਰਾਗ ਨਾਲ ਭਰੀਆਂ ਜਿਨ੍ਹਾਂ ਦਾ ਪਿਆਰਾ ਦੂਰ ਹੋ ਗਿਆ ਇਸੇ ਕਰਕੇ ਜਿਸ ਪਿਆਰੇ ਸੁਣੇ ਹੋ ਤਿਸ ਆਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨ ਹੋਈਆਂ ਤਮਾਮ ਭੁੱਲਾਂ ਦੀ ਖਿਮਾ ਸਾਈਆਂ ਤੂੰ ਮੁਖੜਾ ਨਾ ਮੋੜੀ ਗੱਜ ਕੇ ਪੜਿਓ ਸਾਰੇ ਜਿਹੜੇ ਹੁਣ ਤੱਕ ਨਹੀਂ ਬੋਲੇ ਕੋਈ ਵਾਂਝਾ ਨਾ ਰਵੇ ਫਿਰ ਨਾਲ ਦੀ ਨਾਲ ਫਤਿਹ ਬੁਲਾਈਏ ਮੁੱਖ ਦੁਨੀਆਂ ਮੋੜ ਲਵੇ ਇੱਕ ਤੂੰ ਮੁਖੜਾ ਨਾ ਮੋੜੀ ਸਾਈਆਂ ਤੂੰ ਮੁਖੜਾ ਨਾ ਮੋੜੀ ਮੁੱਖ ਦੁਨੀਆਂ ਮੋੜ ਲਵੇ ਮੁੱਖ ਦੁਨੀਆਂ ਮੋੜ ਲਵੇ ਮੁੱਖ ਦੁਨੀਆਂ ਮੋੜ ਲਵੇ ਮੁੱਖ ਦੁਨੀਆਂ ਮੋੜ ਲਵੇ
ਜਾਵੇ ਮੁਕ ਦੁਨੀਆਂ ਮੋੜ ਲਵੇ ਦੁਨੀਆਂ ਮੋੜ ਲਵੇ ਇੱਕ ਤੂੰ ਮੁਖੜਾ ਨਾ ਮੋੜੀ ਮੁਕ ਦੁਨੀਆਂ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁਕ ਦੁਨੀਆਂ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਦੁਨੀਆਂ ਮੋੜ ਲਵੇ ਸਾਈਆਂ ਤੋਂ ਮੁਖੜਾ ਨਾ ਮੋੜੀ ਮੁਕ ਦੁਨੀਆਂ ਮੋੜ ਲਵੇ ਸਾਈਆਂ ਤੋਂ ਮੁਖੜਾ ਨਾ ਮੋੜੀ ਮੁਕ ਦੁਨੀਆਂ ਮੋੜ ਲਵੇ ਸਾਈਆਂ ਤੋਂ ਮੁਖੜਾ ਨਾ ਮੋੜੀ ਲੱਗੀ ਭਰੀ ਸਾਡੀ ਲੱਗੀ ਭਰੀ ਤੀਨੋ ਸਾਡੀ ਲੱਗੀ ਭਰੀ ਤੀਨੋ ਲੱਗੀ ਭਰੀ ਤੀਨੋ ਸਾਡੀ ਲੱਗੀ ਭਰੀ ਤੀ ਲੱਗੀ ਭਰੀ ਤੀ ਹਾਂ ਲੱਗੀ ਭਰੀ ਤੀਨੋ ਸਾਡੀ ਲੱਗੀ ਭਰੀ ਤੀਨੋ ਲੱਗੀ ਭਰੀ ਤੀ ਸਾਡੀ ਲੱਗੀ ਭਰੀ ਤੀਨੋ ਲੱਗੀ ਭਰੀ ਤੀਨੋ ਲੱਗੀ ਭਰੀ ਤੀਨੋ ਸਾਡੀ ਲੱਗੀ ਭਰੀ ਤੀਨੋ ਸਾਈਆਂ ਤੂੰ ਐਵੇਂ ਨਾ ਸਾਡੀ ਲੱਗੀ ਭਰੀ ਸਾਈਆਂ ਤੂੰ ਐਵੇਂ ਨਾ ਤੋੜੀ ਸਾਡੀ ਲੱਗੀ ਭਰੀ ਤੀਨੋ ਸਾਈਆਂ ਤੂੰ ਐਵੇਂ ਨਾ ਤੋੜੀ ਸਾਡੀ ਲੱਗੀ ਭਰੀ ਤੀਨੋ ਸਾਈਆਂ ਤੂੰ ਐਵੇਂ ਨਾ ਤੋੜੀ ਸਾਡੀ ਲੱਗੀ ਭਰੀ ਤੀਨੋ ਸਾਈਆਂ ਤੂੰ ਐਵੇਂ ਨਾ ਤੋੜੀ ਸਾਡੀ ਲੱਗੀ ਭਰੀ ਤੀਨੋ ਸਾਈਆਂ ਤੂੰ ਐਵੇਂ ਨਾ ਤੋੜੀ ਦੁਨੀਆਂ ਮੋੜ ਲਵੇ ਦੁਨੀਆਂ ਮੋੜ ਲਵੇ ਸਾਈਆਂ ਤੂੰ ਦੁਨੀਆਂ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਦੁਨੀਆਂ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਦੁਨੀਆਂ ਮੋੜ ਲਵੇ ਸਾਈਆਂ ਤੂੰ ਮੁਖੜਾ ਮੁੱਖ ਦੁਨੀਆਂ ਮੋੜ ਲਵੇ ਸਾਈਆਂ ਤੋਂ ਮੁਕੜਾ ਨਾ ਮੋੜੀ ਆਪਣਾ ਨਾਮ ਦੇਓ ਨਾਨਕ ਜਾਓ ਆਓ ਸਾਰੀ ਸੰਗਤ ਦਾ ਧੰਨਵਾਦ ਸਾਰੇ ਪ੍ਰਬੰਧਕਾਂ ਦਾ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਾਂ ਸਾਊਂਡ ਵਾਲੇ ਵੀਰਾਂ ਦਾ ਧੰਨਵਾਦ ਬਹੁਤ ਸੋਹਣੀ ਸੇਵਾ ਨਿਭਾਈ ਵੀਡੀਓ ਵਾਲੇ ਵੀਰਾਂ ਦਾ ਧੰਨਵਾਦ ਸਾਰਿਆਂ ਤੋਂ ਵੱਧ ਕੋਟਾਨ ਕੋਟਾਨ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਈਆਂ ਤਮਾਮ ਭੁੱਲਾਂ ਦੀ ਖਿਮਾ ਸਾਡਾ ਆਉਣਾ ਬਹਿਣਾ ਪ੍ਰਵਾਨ ਹੋਵੇ ਸਾਡੀ ਹਾਜ਼ਰੀ ਦਰਗਾਹ ਤੱਕ ਲੱਗੇ ਸਾਰੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਸਾਹਿਬ ਦੀ ਬਾਣੀ ਦਾ ਹੁਕਮ ਹੋਇਆ ਸਾਰੇ ਕਰਿਓ ਕਿਰਪਾ ਬਾਕੀ ਜਥੇ ਮਹਾਰਾਜ ਦੀ ਹਜ਼ੂਰੀ ਵਿੱਚ ਆਏ ਨੇ ਸਭ ਨੇ ਹਾਜ਼ਰੀਆਂ ਭਰਨੀਆਂ ਨੇ
ਆਨੰਦ ਕੋ ਅੰਕਾਰ ਸਤਿਗੁਰ ਪ੍ਰਸ਼ਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤ ਮਨ ਵਜੀਆਂ ਵਾਦਾਂ ਰਤਨ ਪਰਮਾਰ ਪਰੀਆਂ ਸ਼ਬਦ ਗਾ ਬਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਕਿਰਪਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉਂ ਮਨੋ ਵਸਾਰੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬ ਪਿਆ ਨਹੀਂ ਘਰ ਤੇਰੇ ਹਰ ਤਾਂ ਤੇਰੇ ਸਭ ਕੁਸਾਰੇ ਇਸ ਦੇ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸੱਚ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਇਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਸਭ ਪੁਜਾਇਆ ਸਦਾ ਕੁਰਬਾਨ ਕੀਤਾ ਗੁਰ ਮਿਟੋ ਜਿਸ ਦੀ ਆਏ ਵਡਿਆਇਆ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਤਿਤ ਕਰ ਸਭਾਕੇ ਕਰ ਸਭਾਕੇ ਸ਼ਬਦ ਬਾਜੇ ਕਲਾ ਜਿਤ ਕਰ ਤਾਰੀਆਂ ਪੰਜ ਦੋਤ ਤਦ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤਰੇ ਸਗਲ ਤੋਰੇ ਦੁੱਖ ਰੋਗ ਸੰਤਾਪ ਕਰੇ ਸੁਣੀ ਸੱਜੀ ਬਾਣੀ ਸੰਤ ਸਾਜਨ ਪਏ ਸਰ ਸੇ ਪੂਰੇ ਗੁਰ ਤੇ ਜਾਣੇ ਸੁਣ ਕੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨੰਦ ਤੋਰੇ ਪਵਣ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਕੈ ਮਸਗਤ ਕਾਲ ਨਾਨਕ ਤੇ ਮੁਖ ਉਜਲੇ ਤੇਤੀ ਛੁੱਟੀ ਨਾਲ
ਨਹੀਂ ਨਾਮ ਧਿਆਇਆ ਗਏ ਮਸਕਰ ਧਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਗਹ ਨਾਨਕ ਸਭ ਤੇਰੀ ਵਡਿਆਈ ਮੇਰਾ ਵਾਹਿਗੁਰੂ ਬੋਲਣਾ ਜੀ ਸ਼੍ਰੀ ਵਾਹਿਗੁਰੂ 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 ਸਾਹਿਬ ਜੀਓ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਵਿਘਨ ਨਾ ਕੋ ਲਾਗੈ ਜਾ ਕੀ ਪ੍ਰਭਾ ਗੇ ਅਰਦਾਸ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸਾਂ ਹੋਏ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੇ ਸ਼ਬਦ ਗੁਜਾਏ ਤੇਗ ਬਹਾਦਰ ਸਿਮਰਿਐ ਕਰ ਨੌ ਨਿਧਿਆਵੈ ਦਾਏ ਸਭ ਥਾਈਂ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਣਾ ਜੀ ਸਹਾਇ ਦਸਾਂ ਪਾਤਸ਼ਾਹਾਂ ਦੀ ਆਤਮਿਕ ਜਾਗਦੀ ਜੋਤ ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੇ ਪਾਠ ਕੇ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਧੰਨ 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 ਬਾਬਾ ਗਜਨ ਸ਼ਾਹ ਜੀ ਮਹਾਰਾਜ ਧੰਨ ਧੰਨ ਮਾਈ ਬੇਗਾਂ ਜੀ ਸੰਤੋ ਭਗਤੋ ਮਹਾਤਮਾ ਕਾ ਧਿਆਨ ਧਰਕੇ ਬੋਲਣਾ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਆਂਡਣ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿੱਸਾਂ ਸਵਾਸਾਂ ਸੰਗ ਨਵਾਏ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਪੰਜ ਤਖ਼ਤ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆਵੈ ਚਿਤਵਨ ਕਾ ਸਦਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਹਾ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਖਾਲਸਾ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ
ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲਣਾ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦੇ ਰਾਖੇ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀਓ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਅਤੇ ਸੇਵਾ ਸੰਭਾਲਣ ਦਾ ਦਾਨ ਪਿਆਰੇ ਖਾਲਸਾ ਜੀ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਨਿਗਤਿਆਂ ਦੀ ਗਾਤ, ਨੇ ਪੱਤਿਆਂ ਦੀ ਪੱਤ, ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ, ਆਪ ਜੀ ਦੇ ਚਰਣਾ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ। ਆਪ ਜੀ ਦੀ ਅਪਾਰ ਕਿਰਪਾ ਦੁਆਰਾ, ਰਹਿਮ ਦੁਆਰਾ, ਸਦਕਾ ਦੁਆਰਾ ਪਾਤਸ਼ਾਹ ਜੀਓ, ਧੰਨ ਧੰਨ ਬਾਬਾ ਗਜਨ ਸ਼ਾਹ ਜੀ ਦੇ ਬਰਸੀ ਦੇ ਸਮਾਗਮ ਨੂੰ ਮੁੱਖ ਰੱਖਦਿਆਂ ਹੋਇਆਂ ਪਾਤਸ਼ਾਹ ਜੀਓ, ਆਪ ਜੀ ਦੀ ਹਜ਼ੂਰੀ ਅੰਦਰ ਸੰਗਤਾਂ ਵੱਲੋਂ ਰਲ ਮਿਲ ਕੇ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ, ਜਿਨ੍ਹਾਂ ਦੇ ਅੰਮ੍ਰਿਤਮਈ ਭੋਗ ਪਾਏ ਗਏ ਹਨ ਪਾਤਸ਼ਾਹ ਜੀਓ, ਆਪ ਜੀ ਦੇ ਸੰਗਤਾਂ ਵੱਲੋਂ ਰਲ ਮਿਲ ਕੇ ਆਪ ਜੀ ਦੀ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਹਨ ਮਹਾਰਾਜ। ਬਾਣੀ ਪੜ੍ਹਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਤਰੁੱਟੀਆਂ ਹੋ ਗਈਆਂ ਹੋਣਗੀਆਂ, ਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਆਈਆਂ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਆਈਆਂ ਸੰਗਤਾਂ ਵੱਲੋਂ ਭੇਟਾ ਮੰਦਰ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਲਾਉਣਾ, ਨਗਰ ਖੜੇ ਸੁੱਖ ਸ਼ਾਂਤੀ ਵਰਤਾਉਣੀ, ਡੇਰੇ ਵਿੱਚ ਕਲਾ ਪਤਾਉਣੀ, ਕਿਰਪਾ ਕਰਨੀ ਦਤਾਰ ਜੀਓ। ਆਪ ਜੀ ਦੀ ਹਜ਼ੂਰੀ ਅੰਦਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸਦ ਕੇ ਹਾਜ਼ਰ ਹੈ ਦਰ ਪ੍ਰਵਾਨ ਕਰੋ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧਸੰਗ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸ਼ਕੇ ਸੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇਰਾ ਹੀ ਨਾਮ ਜਪੇ ਪਾਤਸ਼ਾਹ ਜੀਓ, ਕਿਰਪਾ ਕਰੋ ਮਹਾਰਾਜ, ਇਲਾਹੀ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲੋ ਨਿਹਾਲ ਕਰੋ, ਅਰਦਾਸ ਬੇਨਤੀ ਸੋਧ ਕੇ ਸੱਚਖੰਡ ਵਿਖੇ ਪ੍ਰਵਾਨ ਕਰੋ, ਅੱਖਰ ਵਾਧਾ ਘਾਟਾ ਪੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਲੇ ਬਾਬਾ ਗਜਨ ਸ਼ਾਹ ਮਹਾਰਾਜ ਕੀ, ਬੇਅੰਤ 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 ਧੰਨ ਧੰਨ ਬਾਬਾ ਗਜਨ ਸ਼ਾਹ ਸ਼ਾਹ। ਸਤਨਾਮ ਸ੍ਰੀ ਵਾਹਿਗੁਰੂ, ਸਾਹਿਬ ਜੀ ਵਰਹਿਦਾ ਕਾਲੇ ਮੰਡੇ ਕੱਪੜੇ, ਕਾਲਾ ਮੈਂਡਾ ਬੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹੈ ਦਰਵੇਸ਼, ਸੋ ਕਹੋ ਅਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸਿਆ
ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀਆਂ ਤੰਦਾ ਕਰਤਿਆ ਨਿਹਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਧੰਦਾ ਕਰਤਿਆ ਨਿਹਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿੰਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੇਅੰਤ ਬੇਪਰਵਾਹ ਬੇਅੰਤ ਬੇਪਰਵਾਹ ਧੰਨ ਧੰਨ ਬਾਬਾ ਗਜਨ ਸ਼ਾਹ ਜੀ ਮਹਾਰਾਜ ਸ਼ਾਹਾਂ ਦੀ ਸ਼ਾਹ